ਹੈਲੋ एवरीवन ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਸਕਸੈਸਫੁਲੀ ਪੰਜਾਬ ਮੇਰਾ ਨਾਮ ਹੈ ਜਸਕਰਨ ਸਿੰਘ ਐਮ ਆਈ ਆਡੀਬਲ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਐਮ ਆਈ ਆਡੀਬਲ ਆਵਾਜ਼ ਆ ਰਹੀ ਹੈ ਸਾਰਿਆਂ ਨੂੰ ਗੁੱਡ ਮਾਰਨਿੰਗ ਯੈਸ ਓਕੇ ਜੀ ਚਲੋ ਜੀ ਆਦਾ ਸ਼ੈਸ਼ਾ ਸ਼ੁਰੂ ਕਰਦੇ ਆ ਠੀਕ ਹੈ ਜੈ ਹਿੰਦ ਜੈ ਹਿੰਦ ਜੀ ਜੈ ਹਿੰਦ ਓਕੇ ਸੋ ਠੀਕ ਹੈ ਆਈ ਹੋਪ ਤੁਹਾਡਾ ਵੀਕਐਂਡ ਸਾਰਿਆਂ ਦਾ ਵਧੀਆ ਰਿਹਾ ਹੋਊਗਾ ਠੀਕ ਹੈ ਕਈ ਜਗ੍ਹਾ ਤੇ ਮੀ ਪਿਆ ਮੈਂ ਸੁਣਿਆ ਤੇ ਜਿੱਥੇ ਮੈਂ ਰਹਿਣਾ ਜਿਹੜਾ ਫਰੈਸ਼ਰ ਆ ਉੱਥੇ ਵੀ ਨਹੀਂ ਪਿਆ ਸੰਡੇ ਨੂੰ ਚਲੋ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਇੰਜੋਏ ਕੀਤਾ ਹੋਊਗਾ ਚਲੋ ਆਦੇਜ ਕੰਟੈਂਟ ਅਵਰ ਆਪਾਂ ਸਟਾਰਟ ਕਰਦੇ ਹਾਂ ਠੀਕ ਹੈ ਜਿਹਦੇ ਵਿੱਚ ਆਪਾਂ ਸੈਚਰਡੇ ਸੰਡੇ ਤੇ ਮੰਡੇ ਆਜ਼ਦੀਤ ਮਤਲਬ ਤਿੰਨੋਂ ਜਿਹੜੀਆਂ ਨਿਊਜ਼ ਹੋਣਗੇ ਤਿੰਨੋਂ ਦਿਨਾਂ ਦੀ ਉਹ ਸਾਰੇ ਕਵਰ ਕਰਾਂਗੇ ਤੇ ਸਾਰੀਆਂ ਸਾਰੀਆਂ ਆਪਾਂ ਐਗਜ਼ਾਮ ਪੁਆਇੰਟ ਆਫ View ਨਾਲ ਦੇਖਾਂਗੇ ਕਿ ਕਿਉਂ ਇੰਪੋਰਟੈਂਟ ਹੈ ਕੀ ਚੀਜ਼ ਇੰਪੋਰਟੈਂਟ ਹੈ ਓਕੇ ਚਲੋ ਸਭ ਤੋਂ ਪਹਿਲਾਂ ਫਰਸਟ ਨਿਊਜ਼ ਦੇ ਵਿੱਚ ਆਜੋ ਫਰਸਟ ਆਪਨੇ ਕੋਲ ਕੀ ਕਰ ਰਿਹਾ ਹਾਂਜੀ ਹਾਂਜੀ ਗਿਆ ਸੀ ਓਕੇ ਪੀਐਮ ਟੂ ਅਨਵੈਲ ਐਮਬਲਮ ਔਨ ਨਿਊ ਪਾਰਲੀਮੈਂਟ ਜਿਹੜਾ ਨਿਊ ਪਾਰਲੀਮੈਂਟ ਹੈ ਕਿੱਥੇ ਨਿਊ ਦਿੱਲੀ ਦੇ ਵਿੱਚ ਜਿਹੜਾ ਨਵਾਂ ਪਾਰਲੀਮੈਂਟ ਬਣ ਰਿਹਾ ਜਿਹੜਾ ਨਾਮ ਕੀ ਹੈ ਵਿਸਤਾ ਠੀਕ ਹੈ ਉੱਥੇ ਕੀ ਹੈ ਔਰ ਇਹ ਟਾਪ ਤੇ ਕੀ ਬਣ ਰਿਹਾ ਐਮਬਲਮ ਬਣ ਰਿਹਾ ਕਿਹੜਾ ਸਟੇਟ ਐਮਬਲਮ ਠੀਕ ਹੈ ਸਟੇਟ ਐਮਬਲਮ ਆਫ ਇੰਡੀਆ ਜੋ ਕਿਸ ਤਰ੍ਹਾਂ ਦਾ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਠੀਕ ਹੈ ਅਗਰ 2D ਚ ਦੇਖੀਏ ਲੇਕਿਨ ਜਨਰਲੀ ਇਹਦੇ ਵਿੱਚ ਚਾਰ ਸ਼ੇਰ ਹੁੰਦੇ ਆ ਆਪਾਂ ਦਿਖਦੇ ਤਿੰਨਾਂ ਲekin ਚੌਥਾ ਪਿਛਲੀ ਸਾਈਡ ਵੀ ਹੁੰਦਾ ਹੈ ਹਮੇਸ਼ਾ ਇੱਕਦਮ ਬਿਲਕੁਲ ਸੈਂਟਰਲ ਵਿਸਥਾ ਓਕੇ ਚਾਰ ਹੋਣਗੇ ਠੀਕ ਹੈ ਜੇ ਕੁਐਸਚਨ ਦੇ ਪੁੱਛੇ ਕੁਐਸਚਨ ਦੇ ਵਿੱਚ ਪੁੱਛਿਆ ਜਾਵੇ ਕਿੰਨੇ ਨੇ ਤਾਂ ਆਪਾਂ ਆਨਸਰ ਹਮੇਸ਼ਾ ਚਾਰ ਦੇਣਾ ਕਦੇ ਵੀ ਤਿੰਨ ਨਾ ਕਿਹੋ ਠੀਕ ਹੈ ਕਦੇ ਵੀ ਤਿੰਨ ਨਾ ਕਿਹੋ ਠੀਕ ਹੈ ਹੋਰ ਇਸ ਚੀਜ਼ ਬਾਰੇ ਕੀ ਦੱਸਿਆ ਹੋਇਆ ਹੈ ਨਿਊ ਪਾਰਲੀਮੈਂਟ ਜਿਹੜੀ ਬਿਲਡਿੰਗ ਹੈ ਔਰ ਇਹ ਉੱਪਰ ਬਣੂਗਾ ਇਹ ਠੀਕ ਹੈ ਤੇ ਇਹ 11 ਜੁਲਾਈ ਨੂੰ ਅਨਵੈਲ ਹੋਊਗਾ ਮਤਲਬ ਪੂਰਪਰ ਤਿਆਰ ਹੋ ਜਾਊਗਾ ਠੀਕ ਹੈ ਫਰਦਰ ਡਿਪੈਂਡ ਕਰਦਾ ਹੈ ਵੀ ਕਦੋਂ ਜਿਹੜਾ ਨਿਊ ਜਿਹੜਾ ਸੈਂਟਰਲ ਵਿਸਥਾ ਹੈ ਉਹ ਪ੍ਰੋਪਰ ਨਿਊ ਪਾਰਲੀਮੈਂਟ ਆ ਪ੍ਰੋਪਰ ਕਦੋਂ ਰੈਡੀ ਹੁੰਦਾ ਆ ਹਾਂਜੀ ਹਾਂ ਉੱਥੀ ਆ ਉਹਦੇ ਬਾਰੇ ਆਪਾਂ ਹੋਰ ਸਾਰਾ ਕੁਝ ਪੜ੍ਹਨਾ ਹਜੇ ਠੀਕ ਹੈ ਆ ਬਿਲਕੁਲ ਜੀ ਹਜੇ ਉਹ ਚੀਜ਼ਾਂ ਦੱਸਣੀਆਂ ਮੈਂ ਤੁਹਾਨੂੰ ਜ਼ਿਆਦਾ ਜ਼ਿਆਦਾ ਹੀ ਹੁਸ਼ਿਆਰ ਹੋਇਆ ਤੁਸੀਂ ਹੈ ਚਲੋ ਉਹਨਾਂ ਜੋ ਸਟੇਟ ਐਂਪਲਮ ਬਾਰੇ ਆ ਜੀ ਠੀਕ ਹੈ ਸਟੇਟ ਐਂਬਲਮ ਆਫ ਇੰਡੀਆ ਇਹਦੇ ਬਾਰੇ ਜੋ ਜੋ ਤੀਜਾ ਤੁਹਾਨੂੰ ਪਤਾ ਉਹ ਸਾਰੀਆਂ ਮੈਂ ਐਦਾਂ ਹੀ ਰਿਪੀਟ ਕਰ ਦੇਣਾ ਐਦਾਂ ਹੀ ਪੜ੍ਹਦਾ ਜੇ ਤੁਹਾਡੇ ਸਾਰੇ ਕਮੈਂਟਸ ਦੇਖੇ ਨਾ ਤਾਂ ਵੈਸੇ ਹੀ ਉਹ ਸਾਰੀ ਚੀਜ਼ਾਂ ਖਤਮ ਹੋ ਜਾਣਗੀਆਂ ਠੀਕ ਹੈ ਸਭ ਤੋਂ ਪਹਿਲੀ ਗੱਲ ਇਹਦੀ ਜਿਹੜੀ ਅਡਾਪਸ਼ਨ ਸੀ ਮਤਲਬ ਇਹ ਜਿਹੜਾ ਸਿੰਬਲ ਸੀ ਇਹ ਕਿੱਥੋਂ ਲਿੱਤਾ ਗਿਆ ਤੁਸੀਂ ਸਾਰਿਆਂ ਨੇ ਉਹ ਚੀਜ਼ ਲਿਖ ਹੀ ਦਿੱਤੀ ਕਿੱਥੋਂ ਲਿੱਤਾ ਗਿਆ ਲਾਇਨ ਕੈਪੀਟਲ ਆਫ ਅਸ਼ੋਕਾ ਠੀਕ ਹੈ ਅਸ਼ੋਕਾ ਦਾ ਜਿਹੜਾ ਲਾਇਨ ਕੈਪੀਟਲ ਹੈ ਉਹ ਤੋਂ ਲਿੱਤਾ ਗਿਆ ਜਾਂ ਇਹਨਾਂ ਐਡਾ ਐਦਾਂ ਕਹਿੰਦੇ ਇੱਕ ਜਗ੍ਹਾ ਹੈ ਸਰਨਾਥ ਠੀਕ ਹੈ ਅ ਐਨ ਆਊਗਾ ਬੀ ਨਹੀਂ ਆ ਬੀ ਨਹੀਂ ਆਣਾ ਸਪੈਲਿੰਗ ਗਲਤ ਹੋ ਗਏ ਸਰਦਾਰਤ ਲਾਇਨ ਕੈਪੀਟਲ ਆਫ ਅਸ਼ੋਕਾ ਉਸ ਚੋ ਇਹ ਚੀਜ਼ ਪਿਕ ਕੀਤੀ ਗਈ ਹੈ ਮਤਲਬ ਲਿੱਤੀ ਗਈ ਹੈ ਮੈਸੇਜ ਡਿਲੀਟ ਕਰਨ ਦੀ ਲੋੜ ਨਹੀਂ ਹੁੰਦੀ ਜੇ ਇੱਕ ਵਾਰੀ ਕਰਤਾ ਕੋਈ ਗੱਲ ਨਹੀਂ ਗਲਤੀ ਸਾਰਾ ਤਾਂ ਹੁੰਦੀ ਹੈ ਠੀਕ ਹੈ ਤੇ ਇਹਦਾ ਜਿਹੜਾ origignal ਹੈ ਜਿਹੜਾ origignal IGI origignal ਅਸ਼ੋਕ ਦਾ ਜਿਹੜਾ ਇਹ ਸਿੰਬਲ ਸੀਗਾ origignal ਜੀਤੋ ਇਹ ਸਟੇਟ ਐਂਬਲੈਂਰ ਦਿੱਤਾ ਗਿਆ ਉਹ ਪ੍ਰਜ਼ਰਵ ਹੈ ਇਸ ਵਾਰ ਕਿੱਥੇ ਸਰਨਾਥ ਦੇ ਇੱਕ ਵਿੱਚ ਉੱਥੇ ਇੱਕ ਮਿਊਜ਼ੀਅਮ ਹੈ ਜਿਹਦੇ ਵਿੱਚ ਇਹਦਾ ਜਿਹੜਾ origignal ਹੈ ਉਹ ਉੱਥੇ ਪ੍ਰਜ਼ਰਵ ਕੀਤਾ ਗਿਆ ਠੀਕ ਹੈ ਇੱਕ ਮਿਊਜ਼ੀਅਮ ਹੈ ਕਿੱਥੇ ਸਰਨਾਥ ਮਿਊਜ਼ੀਅਮ ਹੈ ਜਿਹਦੇ ਵਿੱਚ ਇਹਦਾ ਜਿਹੜਾ origignal ਹੈ ਉਹ ਉੱਥੇ ਪ੍ਰਜ਼ਰਵ ਕੀਤਾ ਗਿਆ origignal ਮਤਲਬ ਉਹ ਕਿਹਦਾ ਹੈ ਅਸ਼ੋਕ ਦਾ ਠੀਕ ਹੈ ਹੁਣ ਹੂਮਨਿਸ ਮੇਡ ਬਿਲਕੁਲ ਸਹੀ ਬਿਲਕੁਲ ਸਹੀ ਠੀਕ ਹੈ ਫਰਦਰ ਜਿਹੜੀ ਨੈਕਸਟ ਚੀਜ਼ ਜਿਹੜੀ ਤੁਹਾਨੂੰ ਪਹਿਲਾਂ ਹੀ ਦੱਸਤੀ ਇਹਦੇ ਵਿੱਚ ਤਿੰਨ ਲਾਈਨ ਨਹੀਂ ਹੁੰਦੇ ਹਮੇਸ਼ਾ ਚਾਰ ਲਾਈਨ ਹੁੰਦੇ ਠੀਕ ਹੈ ਲੇਕਿਨ 2D ਫਿਗਰ ਦੇ ਵਿੱਚ ਹਮੇਸ਼ਾ ਆਪਾਂ ਨੂੰ ਤਿੰਨੇ ਹੀ ਦਿਖਣਗੇ ਲੇਕਿਨ ਹਮੇਸ਼ਾ ਇਹਦੇ ਵਿੱਚ ਚਾਰ ਹੀ ਰਹਿਣਗੇ ਜੇ ਕੋਸ਼ਣ ਆ ਜਾਏ ਕਦੇ ਵੀ ਇਹ ਗਲਤੀ ਨਹੀਂ ਕਰਨੀ ਹਮੇਸ਼ਾ ਤਾਂ ਹਮੇਸ਼ਾ ਆਪਾਂ ਚਾਰ ਹੀ ਪਾਣੇ ਹਨ ਇੱਕ ਦੂਜੇ ਦੇ ਬੈਕ ਸਾਈਡ ਤੇ ਲੱਗੇ ਹੋਏ ਨੇ ਚਾਰੋਂ ਪਾਸੇ ਚਾਰੋਂ ਪਾਸੇ ਇੱਕ ਦੂਜੇ ਦੇ ਬੈਕ ਸਾਈਡ ਤੇ ਲੱਗੇ ਹੋਏ ਨੇ ਤੇ ਜਿਹੜਾ ਨੀਚੇ ਹੈ ਨੀਚੇ ਜਿਹੜਾ ਉਹ ਵੈਂਕਸ ਹੈ ਸਰਕੂਲ ਉਹ ਕੀ ਹੈ ਸਰਕੂਲਰ ਚੀਜ਼ ਦੇ ਨੀਚੇ ਵੀ ਆ ਦੇਖੋ ਇੱਥੇ ਆਪਣੇ ਕੋਲ ਕੀ ਹੈ ਸ਼ੋਕ ਚੱਕਰ ਔਰ ਇਹ ਫਰਦਰ ਆਪਾਂ ਨੂੰ ਦੋ ਐਨੀਮਲ ਦੀ ਜਿਹੜੀ ਸਕਲਪਚਰ ਆ ਉਹ ਵੀ ਲਿਖੀ ਨੇ ਲੇਕਿਨ ਦੋ ਨਹੀਂ ਹੈ ਕਿ ਉਰੇ ਵੀ ਚਾਰ ਹੋਣਗੇ ਚਾਰਾਂ ਦੇ ਵਿੱਚ ਕੀ ਹੋਇਆ ਅਸ਼ੋਕਨ ਨਾਲ ਡਿਵਾਈਡ ਕੀਤਾ ਹੋਇਆ ਸ਼ੋਕ ਚੱਕਰ ਨਾਲ ਡਿਵਾਈਡ ਕੀਤਾ ਹੋਇਆ ਉਹਨਾਂ ਨੂੰ ਠੀਕ ਹੈ ਹੁਣ ਇਸ ਪਹਿਲਾਂ ਇਹਨਾਂ ਨਾਲ ਚਾਦਾ ਬਾਰੇ ਪੜ ਲਈਏ ਠੀਕ ਹੈ ਇਹ ਫੋਰ ਲਾਈਨਸ ਨੇ ਠੀਕ ਹੈ ਇਹ ਫੋਰ ਲਾਈਨਸ ਨੇ ਇਹ ਫੋਰ ਲਾਈਨਸ ਦਾ ਵੀ ਮਤਲਬ ਕਿਸ ਸਿੰਬਲ ਹੈ ਕੁਝ ਡਿਫਾਈਨ ਕਰਦੇ ਆ ਇਹ ਸਿੰਬਲ ਕੀ ਦੱਸਦੇ ਆ ਜਿਹੜੇ ਫੋਲ ਲਾਈਨਸ ਨੇ ਇਹ ਸਿੰਬਲਾਈਜ਼ ਕਰਦੇ ਆ ਕਿਸ ਚੀਜ਼ ਨੂੰ ਕਿਸ ਚੀਜ਼ ਬਾਰੇ ਦੱਸਦੇ ਆ ਇਹਦੇ ਵਿੱਚ ਕੀ ਆ ਜਾਂਦੀ ਪਾਵਰ ਆ ਜਾਂਦੀ ਹੈ ਕਰੇਜ ਆ ਜਾਂਦੀ ਹੈ ਪ੍ਰਾਈਡ ਆ ਜਾਂਦੀ ਤੇ ਕੌਨਫੀਡੈਂਸ ਆ ਜਾਂਦੀ ਇਹ ਚਾਰ ਚੀਜ਼ਾਂ ਨੂੰ ਇੱਕ ਹੀ ਕਰਦੇ ਆ ਡਿਫਾਈਨ ਕਰਦੇ ਆ ਇਕੱਲਾ ਇਕੱਲਾ ਲਾਈਨ ਠੀਕ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਰਿਪੀਟ ਕਰੋ ਮੇਰੇ ਨਾਲ ਕਮੈਂਟ ਤੇ ਲਿਖੀ ਦਿਓ ਜੋ ਮੈਂ ਚੀਜ਼ਾਂ ਬੋਲੀਆਂ ਸਾਰੀਆਂ ਨਾਲ-ਨਾਲ ਲਿਖੀ ਦਿਓ ਤੇ ਕਮੈਂਟ ਦੇ ਵਿੱਚ ਬੋਲੀ ਜਾਓ ਪਹਿਲੀ ਕੀ ਚੀਜ਼ ਆ ਗਈ ਪਾਵਰ ਕਰੇਜ ਪ੍ਰਾਈਡ ਤੇ ਖੋਰ ਚੀਜ਼ ਕਿਹੜੀ ਸੀ ਹੋਰਸ ਐਂਡ ਬੂਲ ਉਹਦੇ ਬਾਰੇ ਹਜੇ ਕਰਨਾ ਨਹੀਂ ਨੋਟੀਫਿਕੇਸ਼ਨ ਆ ਗਈ ਕੀ ਆ ਗਿਆ 4 ਨੇ 4 2 ਨਹੀਂ ਹੈਗੀ ਆ ਪਾਵਰ ਐਂਡ ਕਰੇਜ 2 ਨਹੀਂ ਹੈਗੀਆਂ 4 ਹੈਗੀਆਂ ਇਹ 4 ਲਾਈਨ ਨੇ ਤਾਂ 4 ਲਾਈਨ ਅਲੱਗ-ਅਲੱਗ ਚੀਜ਼ ਨੂੰ ਕੀ ਕਹਦੇ ਆ ਰਿਪਰੈਜ਼ੈਂਟ ਕਰ ਰਹੇ ਆ ਠੀਕ ਹੈ ਬਿਲਕੁਲ ਸਹੀ ਪ੍ਰਾਈਡ ਲਿਖਤਾ ਪਾਵਰ ਕਰੇਜ ਪ੍ਰਾਈਡ ਇਹ ਖੋਰ ਚੀਜ਼ ਕਿਹੜੀ ਸੀ ਮੈਂ ਚਾਰੋ ਚੀਜ਼ਾਂ ਬੋਲੀਆਂ ਸੀ ਕੌਨਫੀਡੈਂਸ ਬਿਲਕੁਲ ਸਹੀ बिल्कुल सही कॉन्फिडेंस मतलब जेडे चार शेर ने कला कला शेर यह हर एक, एक चीज़ में रिप्रेजेंट कर रहे इस करके चार ने पावर प्राइड करेज एंड कॉन्फिडेंस बिल्कुल सही मुकेश बिल्कुल सही ठीक है एक चीज़ क्लियर हो गई हूँ फर्दर आ जाओ चीज़ खत्म करने तो बाद नीचे आ जाने नीचे हूँ जी जगह अबेकर सर्कल है मतलब जोड़ा कितने बनया हुआ अगे दस देंगे वो चीज़ भी अगे दसागे ठीक है बिल्कुल सही आ... ओके फाइन गुरप्रीत ਦੇ ਕਮੈਂਟ ਪਤਾ ਨਹੀਂ ਕੀ ਕਹਿ ਰਿਹਾ ਚਲੋ ਅ ਅੱਗੇ ਕੀ ਸੀ ਜਿਹੜਾ ਹੈ ਅਬੈਕਸ ਸਰਕਲ ਹੈ ਠੀਕ ਹੈ ਇਹਦੇ ਬਾਰੇ ਇਹਦੇ ਨੀਚੇ ਵੀ ਕੀ ਹੈ ਅਲੱਗ-ਅਲੱਗ ਮਤਲਬ ਐਨੀਮਲ ਨੂੰ ਰਿਪਰੈਜ਼ੈਂਟ ਕੀਤਾ ਗਿਆ ਅਨਗਲਗ ਐਨੀਮਲ ਹੈ ਜਿਹੜੇ ਬਣਾਏ ਗਏ ਨੇ ਉਹ ਕਿਹੜੇ-ਕਿਹੜੇ ਨੇ ਉਹ ਵੀ ਚਾਰ ਨੇ ਉਹ ਵੀ ਦੋ ਨਹੀਂ ਹੈਗੇ ਦੋ ਹਮੇਸ਼ਾ ਆਪਾਂ ਨੂੰ ਦੋ ਹੀ ਦਿਖਦੇ ਆ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਹਮੇਸ਼ਾ ਆਪਾਂ ਨੂੰ ਦੋ ਹੀ ਦਿਖਦੇ ਆ ਲੇਕਿਨ ਐਕਚੁਅਲ ਵਿੱਚ ਦੋ ਨਹੀਂ ਹੈਗੇ ਉਹ ਵੀ ਚਾਰ ਨੇ ਕੀ ਤੁਹਾਨੂੰ ਪਤਾ ਕਿਹੜੇ ਕਿਹੜੇ ਨੇ ਕੀ ਤੁਹਾਨੂੰ ਪਤਾ ਕਿਹੜੇ ਕਿਹੜੇ ਨੇ ਉਹ ਚਾਰ এলিਫੈਂਟ ਵੀ ਹੈ ਦੇਖੋ ਹਾਰਸ ਤੇ ਬੂਲ ਆਪਾਂ ਨੂੰ ਦਿਖ ਰਿਹਾ ਇੱਕ ਤੁਸੀਂ এলিਫੈਂਟ ਦੱਸਤਾ ਤਿੰਨ ਹੋ ਗਏ ਹੁਣ ਚੌਥਾ ਕਿਹੜਾ ਹੋਊਗਾ ਇਹ ਡਿਸਾਈਡ ਕਰਨਾ ਹੈ ਆਪਣਾ ਹਾਂਜੀ ਹਾਂ ਬੂਲ ਹੈ ਓ ਹਾਰਸ ਹੈ এলিਫੈਂਟ ਹੈ ਚੌਥਾ ਕਿਹੜਾ ਹੈ ਸਾਰੇ ਤਿੰਨ ਹੀ ਦੱਸ ਰਿਹਾ ਚੌਥਾ ਕਿਸੇ ਨੂੰ ਨਹੀਂ ਪਤਾ ਚਲੋ ਉਹ ਬਚ ਉਹ ਉਹ ਵੀ ਕਰਦੇ ਆ ਲੇਕਿਨ ਇਹ ਚਾਰਾ ਨਾ ਮਤਲਬ ਕੀ ਹੈ ਚਾਰਾ ਨਾ ਮਤਲਬ ਕੀ ਹੈ ਇੱਕ ਹੀ ਨੇ ਇੱਕ ਟਾਈਪ ਦੇ ਗਾਰਡੀਅਨਸ ਨੇ ਗਾਰਡੀਅਨਸ ਕੀ ਹੈ ਮਤਲਬ ਚਾਰੋਂ ਦਿਸ਼ਾਵਾਂ ਦੀ ਇੰਡੀਆ ਦੀ ਚਾਰੋਂ ਦਿਸ਼ਾਵਾਂ ਨੂੰ ਰਿਪਰੈਜ਼ੈਂਟ ਕਰਦੇ ਆ ਹਰ ਇੱਕ ਗਾਰਡੀਅਨ ਚਾਰੋਂ ਦਿਸ਼ਾਵਾਂ ਨੂੰ ਇਹ ਚੀਜ਼ ਮਤਲਬ ਕੀ ਕਰਦੇ ਆ ਰਿਪਰੈਜ਼ੈਂਟ ਕਰਦੇ ਆ ਵੀ ਇੱਕ ਤਰ੍ਹਾਂ ਦੇ ਗਾਰਡ ਨਹੀਂ ਰਾਇਨੋ ਨਹੀਂ ਹੈ ਨਹੀਂ ਕਾਉ ਵੀ ਨਹੀਂ ਹੈ ਚਲੋ ਸਭ ਤੋਂ ਪਹਿਲਾ ਚੀਜ਼ ਆ ਜੋ ਜਿਹੜੀ ਆਪਾਂ ਨੂੰ ਹੌਰਸ ਲਿਖ ਦਿਖ ਰਿਹਾ ਆਪਾਂ ਨੂੰ ਹੋਰਸ ਕਿਸ ਸਾਈਡ ਦਾ ਹੋਊਗਾ ਤੁਸੀਂ ਗੈਸ ਕਰੋ ਨਾਰਥ ਦਾ ਹੋਊਗਾ ਈਸ ਦਾ ਹੋਊਗਾ ਸਾਊਥ ਦਾ ਹੋਊਗਾ ਜਾਂ ਵੈਸਟ ਦਾ ਹੋਊਗਾ ਨਾਰਥ ਕਿਸ ਸਾਈਡ ਦਾ ਹੋਰਸ ਕਿਸ ਸਾਈਡ ਦਾ ਹੈ ਓਕੇ ਹੋਰਸ ਦੀ ਗੱਲ ਕਰੀਏ ਹੋਰਸ ਆਪਣਾ ਆ ਜਾਂਦਾ ਹੈ ਸਾਊਥ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕੀ ਦਿਖ ਰਿਹਾ ਬੂਲ ਦਿਖ ਰਿਹਾ ਬੂਲ ਕਿਸ ਸਾਈਡ ਹੈ ਬੂਲ ਕਿਸ ਸਾਈਨ ਨੂੰ ਗਾਰਡ ਕਰ ਰਿਹਾ ਓਕੇ ਬੂਲ ਆਪਾਂ ਬਿਲਕੁਲ ਸਹੀ ਵੈਸਟ ਸਾਈਡ ਨੂੰ ਗਾਰਡ ਕਰ ਰਿਹਾ ਬੂਲ ਵੈਸਟ ਸਾਈਡ ਨੂੰ ਗਾਰਡ ਕਰ ਰਿਹਾ ਤੇ ਇੱਕ ਚੀਜ਼ ਹੋਰ ਹੁੰਦੀ ਹੈ ਉਹਰੇ এলিਫੈਂਟ ਹੁੰਦਾ ਹੈ ਐਲੀਫੈਂਟ ਕਿਸ ਸਾਈਡ ਨੂੰ ਗਾਈਡ ਕਰੂਗਾ ਆਈ ਥਿੰਕ ਐਲੀਫੈਂਟ ਦਾ ਸਾਰਾ ਆਨਸਰ ਸਾਰੇ ਆਨਸਰ ਦੇ ਸਕਦੇ ਆ ਵੀ ਐਲੀਫੈਂਟ ਕਿਸ ਸਾਈਡ ਨੂੰ ਗਾਰਡ ਕਰ ਰਿਹਾ ਜਾਂ ਗਾਈਡ ਕਰ ਰਿਹਾ ਵੈਸਟ ਨਹੀਂ ਵੈਸਟ ਨਹੀਂ ਹੈ ਐਲੀਫੈਂਟ ਬਿਲਕੁਲ ਗਲਤ ਹੋ ਦੇ ਐਲੀਫੈਂਟ ਹੈ ਈਸਟ ਸਾਈਡ ਐਲੀਫੈਂਟ ਕਰਦਾ ਗਾਰਡ ਈਸਟ ਸਾਈਡ ਨੂੰ ਠੀਕ ਹੈ ਹੁਣ ਫਰਦਰ ਲਾਸਟ ਦੇ ਵਿੱਚ ਇੱਕ ਚੀਜ਼ ਰਹਿ ਗਈ ਤੁਹਾਨੂੰ ਮੈਂ ਕਿਹਾ ਸੀ ਨਾ ਚਾਰ ਦੇ ホース ਹੋ ਗਿਆ ਬੱਲ ਹੋ ਗਿਆ এলিਫੈਂਟ ਹੋ ਗਿਆ ਚੌਥਾ ਕਿਹੜਾ ਜੇ ਚਾਰ ਦਿਸ਼ਾਵਾਂ ਨੇ ਤਾਂ ਚੌਥਾ ਐਨੀਮਲ ਕਿਹੜਾ ਹੋਊਗਾ ਜਿਹੜਾ ਉਹਨਾਂ ਨੇ ਗਾਰਡੀਅਨ ਬਣਾਇਆ ਹੋਇਆ ਐਸ a ਫੋਰ ਡਾਇਰੈਕਸ਼ਨ ਚਾਰੋਂ ਦਿਸ਼ਾਵਾਂ ਨੂੰ ਡੀਅਰ ਨਹੀਂ ਤੁਸੀਂ ਸਾਰੇ ਗੈਸ ਕਰ ਜਾਂਨੇ ਹੋ ਫੋਰਥ ਹੈ ਲਾਇਨ ਫੋਰਥ ਕਿਹੜਾ ਹੈ ਲਾਇਨ ਹੁਣ ਲਾਇਨ ਕਿਸ ਸਾਈਡ ਨੂੰ ਕਰੂਗਾ ਚਾਰੋਂ ਦਿਸ਼ਾਵਾਂ ਵਿੱਚ ਕਿਹੜੀ ਬਚ ਗਈ ਪਿੱਛੇ ਨਾਰਥ ਚਾਰੋਂ ਦਿਸ਼ਾਵਾਂ ਵਿੱਚ ਪਿੱਛੇ ਕਿਹੜੀ ਬਚ ਗਈ ਨਾਰਥ ਕਲੀਅਰ ਓਕੇ ਹੁਣ ਜਿਹੜਾ ਇਹ ਸਿੰਬਲ ਆਪਣਾ ਨਾਟ ਸਿੰਬਲ ਬਟ ਐਮਬਲਮ ਓਕੇ ਲਾਇਨ ਕੈਪੀਟਲ ਆਫ ਅਸ਼ੋਕਾ ਠੀਕ ਹੈ ਹੁਣ ਜਿਹੜਾ ਐਮ ਐਮਬਲਮ ਹੈ ਠੀਕ ਹੈ ਇਹ ਕਰੋ ਅਡਾਪਟ ਕੀਤਾ ਸੀ ਕਿੰਨੀ ਤਰੀਕ ਨੂੰ ਅਡਾਪਟ ਕੀਤਾ ਸੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕਿੰਨੀ ਤਰੀਕ ਨੂੰ ਅਡਾਪਟ ਕੀਤਾ ਸੀ ਇਹ ਹੈ ਤਾਂ ਇਹ ਅਸ਼ੋਕਾ ਦਾ ਬਹੁਤ ਪੁਰਾਣਾ ਹੈ ਲੇਕਿਨ ਇੰਡੀਅਨ ਸਰਕਾਰ ਨੇ ਮਤਲਬ ਆਪਣੀ ਭਾਰਤ ਸਰਕਾਰ ਨੇ ਜਦੋਂ ਇਹ ਸਟੇਟ ਐਮਬਲਮ ਚੂਜ਼ ਕੀਤਾ ਸਟੇਟ ਐਮਬਲਮ ਆਫ ਇੰਡੀਆ ਉਹ ਕਿੰਨੀ ਤਰੀਕ ਨੂੰ ਕੀਤਾ ਕਿਹੜੇ ਸਾਲ ਦੇ ਵਿੱਚ ਕੀਤਾ 24 ਜਨਵਰੀ 1950 24 ਜਾਂ 26 ਜਨਵਰੀ ਮੁਕੇਸ਼ 24 ਜਨਵਰੀ ਜਾਂ 26 ਜਨਵਰੀ ਤੁਸੀਂ ਸਾਰੇ 24 ਜਨਵਰੀ ਕਹਿ ਰਹੇ ਹੋ ਪਲੀਜ਼ ਕਲੀਅਰ ਕਰੋ ਇਹ 24 ਜਨਵਰੀ ਹੈ ਜਾਂ 26 ਜਨਵਰੀ 1950 ਤੁਹਾਡਾ ਸਹੀ ਹੈ ਜਨਵਰੀ ਵੀ ਸਹੀ ਹੈ शिवम ਕਾਲ ਕਰ ਰਿਹਾ 26 ਜਨਵਰੀ ਤਾਂ ਇਹ ਜਿਹੜਾ ਅਡਾਪਸ਼ਨ ਹੋਈ ਸੀ ਇਹਦੀ ਤਾਂ ਕਦੋਂ ਹੋਈ ਸੀ 26 ਜਨਵਰੀ 1950 ਇਸ ਤਰੀਕ ਨੂੰ ਇਹਦੀ ਅਡਾਪਸ਼ਨ ਤੁਸੀਂ ਸਾਰੇ 24 ਕਹਿ ਰਹੇ ਹੋ ਮੈਂ 26 ਕਹਿ ਰਿਹਾ ਠੀਕ ਹੈ ওকে ਦੇਖੋ ਇਨਫੋਰਮੇਸ਼ਨ ਹਰ ਜਗ੍ਹਾ ਤੇ ਹਰ ਇੱਕ ਬੁੱਕ ਦੇ ਵਿੱਚ ਦਿੱਤੀ ਹੋਊਗੀ ਲੇਕਿਨ ਆਪਾਂ ਕਿਹੜੀ ਫੋਲੋ ਕਰਨੀ ਹੈ ਜਿਹੜੀ ਮੈਚੇਜ਼ ਫੋਲੋ ਕਰ ਰਿਹਾ ਓਕੇ ਤੁਸੀਂ ਵੀ ਪੜਿਆ ਮੈਂ ਵੀ ਪੜਿਆ ਓਕੇ ਮੈਂ ਕਿਤੋਂ ਫੋਲੋ ਕਰ ਰਿਹਾ ਮੈਂ ਇੰਡੀਆ ਦੀ ਜਿਹੜੀ ਆਫੀਸ਼ਲ ਸਾਈਟ ਹੈ ਜਿੱਥੇ ਲਿਖਿਆ ਹੁੰਦਾ ਨੋ ਅਬਾਊਟ ਇੰਡੀਆ ਮਤਲਬ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਮਤਲਬ ਬਣਾਈਆਂ ਗਈਆਂ ਨੇ ਮੈਂ ਉਹ ਜਗ੍ਹਾ ਤੇ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਅਕੋਰਡਿੰਗ ਕੀ ਹੈ 26 ਜਨਵਰੀ ਹੈ ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਸ ਜਗ੍ਹਾ ਤੋਂ ਪੜਿਆ ਬਟ ਪਲੀਜ਼ ਇੱਕ ਵਾਰੀ ਤੁਸੀਂ ਵੀ ਆਪਣੇ ਵੱਲੋਂ ਸਰਚ ਕਰ ਲੈਣਾ ਠੀਕ ਹੈ ਤਾਂ ਕਿ ਤੁਹਾਡੀ ਵੀ ਕਲੈਰਟੀ ਹੋ ਜੇ 26 ਹੀ ਹੈ ਸਰ ਠੀਕ ਹੈ ਕੋਈ ਗੱਲ ਨਹੀਂ ਮੈਂ ਵੀ ਗਲਤ ਹੋ ਸਕਦਾ ਠੀਕ ਹੈ ਐਦਾ ਮੰਨ ਲੈ ਲੋ ਵੀ ਆਹੀ ਹੈ ਤੁਸੀਂ ਆਪਣੀ ਰਿਸਰਚ ਕਰੋ ਤੇ ਮੈਨੂੰ ਗਲਤ ਕਰਾਰ ਕਰੋ ਵੀ ਕੱਲ ਮੈਂ ਤੁਸੀਂ ਆ ਕੇ ਮੈਨੂੰ ਦੱਸੋਗੇ ਨਹੀਂ ਸਰ ਤੁਸੀਂ ਗਲਤ ਹੋ ਵੀ ਜਿਹੜੀ ਉਹ ਚੀਜ਼ ਸੀ 24 ਹੈ ਠੀਕ ਹੈ ਐਦਾ ਸੈਪਟ ਨਹੀਂ ਕਰ ਲੈਣਾ ਹਰ ਕਿਸੇ ਦੀ ਚੀਜ਼ ਚਲੋ ਨੈਕਸਟ ਉਸ ਤੋਂ ਬਾਅਦ ਹੁਣ ਐਂਬੂਲੈਂਸ ਤੋਂ ਆ ਸਾਰਾ ਜਿਹੜਾ ਚੀਜ਼ਾਂ ਹੁੰਦੀਆਂ ਸਾਰੇ ਡਿਸਕਸ ਕਰ ਲਿਆ ਨੀਚੇ ਆ ਚੀਜ਼ ਲਿਖੀ ਹੋਈ ਹੈ ਸੱਤਵੇਂ ਜਾਤੇ ਹੁਣ ਸੱਤਵੇਂ ਜਾਤੇ ਜਿਹੜਾ ਵਰਡ ਹੈ ਇਹ ਇਹ ਜਿਹੜੀ ਲਿਖਿਆ ਹੋਇਆ ਹੈ ਇਹ ਕਿਸ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈ ਹਿੰਦੀ ਹੈ ਸੰਸਕ੍ਰਿਤ ਹੈ ਜਾਂ ਉਰਦੂ ਹੈ ਕਿਸ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਕਿਸ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈ ਜਾਂ ਕਿਸ ਸਕ੍ਰਿਪਟ ਦੇ ਵਿੱਚ ਲਿਖਿਆ ਹੋਇਆ ਹੈ Google ਸਰਚ ਕਰਿਆ ਸੀ ਓਕੇ ਠੀਕ ਹੈ ਜੀ ਅ ਮੁੰ ਦੇ ਕਾ ਬਿਲਕੁਲ ਸਹੀ ਰਜਿੰਦਰ ਜਿਹੜੇ ਸੰਸਕ੍ਰਿਤ ਕਹਿ ਰਿਹਾ ਤਾਂ ਸੰਸਕ੍ਰਿਤ ਨਹੀਂ ਹੈ ਠੀਕ ਹੈ ਉਹ ਜਿਹੜਾ ਹੈਗਾ ਜਿਹੜੀ ਸਕ੍ਰਿਪਟ ਹੈ ਉਹ ਸਕ੍ਰਿਪਟ ਕਿਹੜੀ ਹੈ ਦੇਵਨਾਗਰੀ ਇਹ ਜਿਹੜਾ ਸਤਮੇਜ ਅਤੇ ਲਿਖਿਆ ਹੋਇਆ ਹੈ ਇਹ ਦੇਵਾਨਗਰੀ ਸਕ੍ਰਿਪਟ ਦੇ ਵਿੱਚ ਲਿਖਿਆ ਹੋਇਆ ਹੈ ਉਹ ਜਿਹੜੀ ਦੇਵਾਨਗਰੀ ਸਕ੍ਰਿਪਟ ਆ ਉਹ ਕਿੱਥੇ ਮਿਲੂਗੀ ਜਿਵੇਂ ਉੱਪਰ ਮੈਨੂੰ ਕਮੈਂਟ ਦੇ ਵਿੱਚ ਦਿਖਿਆ ਹੋਇਆ ਹੈ ਮੁੰਦਾਕਾ ਉਪਨਿਸ਼ਦ ਉਪਨਿਸ਼ਦ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਮੁੰਦਾਕਾ ਉਪਨਿਸ਼ਦ ਮੁੰਦਾਕਾ ਉਪਨਿਸ਼ਦ ਠੀਕ ਹੈ ਇਹ ਉਸ ਟਾਈਮ ਦੇ ਮਤਲਬ ਉਪਨਿਸ਼ਦ ਅ ਉਪਨਿਸ਼ਦਰ ਵਿੱਚ ਇਹ ਤਾਂ ਲਿਪੀ ਐ ਸਰ ਦੇਵਨਾਗਰੀ ਹਾਂ ਸਕ੍ਰਿਪਟ ਲਿਪੀ ਹੈ ਠੀਕ ਹੈ ਦੇਵਨਾਗਰੀ ਤੋਂ ਬਾਅਦ ਸੰਸਕ੍ਰਿਤ ਆਈ ਸੀ ਲੇਕਿਨ ਸੰਸਕ੍ਰਿਤ ਦੇ ਵਿੱਚ ਕੁਝ ਪੋਰਸ਼ਨ ਹੈ ਦੇਵਨਾਗਰੀ ਦਾ ਸਾਰਾ ਪੋਰਸ਼ਨ ਨਹੀਂ ਹੈ ਮਤਲਬ ਜੇ ਤੁਸੀਂ ਆਪਾਂ ਐਦਾ ਕਹੀ ਨਾ ਸੰਸਕ੍ਰਿਤ ਵੀ ਸਾਰੀ ਦੇਵਨਾਗਰੀ ਤੋਂ ਬਣੀ ਹੈ ਤਾਂ ਨਹੀਂ ਠੀਕ ਹੈ ਸਿਰਫ ਕੁਝ ਪੋਰਸ਼ਨ ਹੀ ਹੈ ਹਾਂਜੀ ਆ ਪੀਡੀਐਫ ਰੈਗੂਲਰ ਐਡ ਹੋ ਰਹੀਆਂ ਨੇ ਟੈਲੀਗ੍ਰam ਚੈਨਲ ਤੇ ठीक है जे नहीं हो रही दस दया करो मैं ऐड कर दिया करूंगा एट ए टाइम क्लियर ओके 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 हूं सत्तवें जयते का मतलब की सतमें जैते का मतलब की है सतमें जैते का मतलब की है सतमें जायते दा मतलब की है जल्दी 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 ट्रुथ अलोन ट्रंप्स T R U T H A L O N E alone T R E U M P H S truth alone trumps ठीक है बिल्कुल सही बिल्कुल सही ओके okay? और कोई इंफॉर्मेशन रहेगी हाँ एक रहेगी इंफॉर्मेशन ओके हूं जड़े आ पूरा एम्ब्लेम है ये नीचे भी एक कुछ चीज है एक की चीज है किसे नु पता है एक की चीज है ਇਕ ਇਹ ਲੋਟਸ ਹੈ ਲੇਕਿਨ ਲੋਟਸ ਕਿਹੜਾ ਇਨਵਰਟਡ ਹੈ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਇਹ ਜਿਹੜਾ ਨੀਚੇ ਦਿੱਤਾ ਹੋਇਆ ਹੈ ਲੋਟਸ ਹੈ ਲੇਕਿਨ ਲੋਟਸ ਹੈ ਇਨਵਰਟਡ ਹੈ ਠੀਕ ਹੈ ਕੁਸ਼ਨ ਇਹਦਾ ਵੀ ਬਣ ਸਕਦਾ ਹੈ ਇਹ ਜਿਹੜਾ ਸਰਕੂਲਰ ਅਬੈਕਸ ਹੈ ਇਹਦੇ ਨੀਚੇ ਲੋਟਸ ਹੈ ਜਿਹਦੇ ਉੱਤੇ ਐਮਬਲਮ ਟੀਕਿਆ ਹੋਇਆ ਹੈ ਲੇਕਿਨ ਜਿਹੜਾ ਉਹ ਲੋਟਸ ਹੈ ਉਹ ਕੀ ਹੈ ਇਨਵਰਟਡ ਲੋਟਸ ਹੈ ਤੇ ਦੇਖੋ ਜਿਹੜਾ ਜਿਹੜਾ ਇਨਵਰਟਡ ਲੋਟਸ ਹੈ ਦੀ ਸ਼ੇਪ ਕਿਸ ਤਰ੍ਹਾਂ ਦੀ ਹੈ ਜੇ ਮੈਂ ਉਹ ਰੇ ਸ਼ੇਪ ਬਣਾ ਕੇ ਦਿਖਾਵਾਂ ਤੁਹਾਨੂੰ ਕਿਸ ਤਰ੍ਹਾਂ ਦੀ ਸ਼ੇਪ ਬਣਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਐਦਾਂ ਹੀ ਮਾਰਨੀ ਹੈ ਨਾ ਕਿ ਮੈਂ ਗਲਤ ਬਣਾਤੀ ਬਾਹਰੋਂ ਦੀ ਹੈ ਸੌਰੀ ਬਾਹਰੋਂ ਦੀ ਕਰਨਾ ਠੀਕ ਹੈ ਉਹਨੇ ਇਸ ਤਰ੍ਹਾਂ ਦੀ ਤੁਹਾਨੂੰ ਸ਼ੇਪ ਹੈ ਜਿਹੜੀ ਇਹ ਹਮੇਸ਼ਾ ਆਪਾਂ ਨੂੰ ਕਿਤੇ ਨਾ ਕਿਤੇ ਦਿਖੀ ਹੋਊਗੀ ਜ਼ਿਆਦਾਤਰ ਮੰਦਰਾਂ ਦੇ ਵਿੱਚ ਦਿਖਦੀ ਹੁੰਦੀ ਹੈ ਕਿਹਦੇ ਵਰਗੀ ਸ਼ੇਪ ਲੱਗਦੀ ਹੈ ਬੇਲ ਕੰਟੀ ਹੁੰਦੀ ਹੈ ਨਾ ਮੰਦਰਾਂ ਦੇ ਵਿੱਚ ਉਹਦੇ ਵਰਗੀ ਸ਼ੇਪ ਹੈ ਨਾ ਤਾਂ ਜ਼ਿਆਦਾਤਰ ਜਿਹੜੇ ਕੁਸ਼ਣ ਦੇ ਵਿੱਚ ਆਪਸ਼ਨ ਆਣਗੇ ਤਾਂ ਕੀ ਆਣਗੇ ਵੀ ਜਿਹੜਾ ਲੋਟਸ ਹਾਊਸ ਕਿਸ ਤਰ੍ਹਾਂ ਦਾ ਲੱਗਦਾ ਤਾਂ ਉਹਦਾ ਕੀ ਆਊਗਾ ਬੈਲ ਦੀ ਤਰ੍ਹਾਂ ਦਾ ਲੱਗਦਾ ਠੀਕ ਹੈ ਪਤਿਲਾ ਨਹੀਂ ਹੈ ਠੀਕ ਹੈ ਬੈਲ ਦੀ ਤਰ੍ਹਾਂ ਠੀਕ ਹੈ ਤਾਂ ਉਹ ਕਿਦੇ ਵਰਗੇ ਆਊਗਾ ਬੈਲ ਦੀ ਤਰ੍ਹਾਂ ਆਜੂਗਾ ਛੋਟਾ ਆਨਸਰ ਵਿਅਕਤਾਂਟੀ ਦੀ ਤਰ੍ਹਾਂ ਲੱਗ ਰਿਹਾ ਨੈਕਸਟ ਡਿਫੈਂਸ ਐਕਸਪੋਰਟ ਟੂ ਟੱਚ 13000 ਕਰੋੜ ਆਫੀਸ਼ਲ ਕਹਿ ਰਿਹਾ ਹੁਣ ਇਸ ਨਿਊਜ਼ ਦੇ ਵਿੱਚ ਜਿਹੜੀ ਸਭ ਤੋਂ ਵੱਧ ਇੰਪੋਰਟੈਂਟ ਚੀਜ਼ ਆ ਉਹ ਸਾਰੀ ਚੀਜ਼ ਉਰੇ ਦਿੱਤੀ ਹੋਈ ਹੈ ਠੀਕ ਹੈ ਬਾਕੀ ਦਾ ਜਨਰਲ ਦੱਸਿਆ ਹੋਇਆ ਵੀ ਅੰਨਾ ਅੰਨਾ ਮਤਲਬ ਐਕਸਪੋਰਟ ਕਰਨ ਤੋਂ ਬਾਅਦ ਮਤਲਬ ਬਾਕੀਆਂ ਜਿਹੜੀਆਂ ਕੰਟਰੀਜ਼ ਨੇ ਉਹ ਵੀ ਕੀ ਆਦੀਆਂ ਇੰਡੀਆ ਕੋ ਲਾਦੀਆਂ ਕੀ ਕਰਨ ਲਈ ਆਪਣੇ ਜਿਹੜੇ ਸੈਟਲਾਈਟ ਆ ਜਾਂ ਉਹਨਾਂ ਦੀ ਹੋਰ ਕੁਝ ਚੀਜ਼ਾਂ ਉਹ ओके ਹੁਣ ਇਸ ਨਿਊਜ਼ ਦੇ ਵਿੱਚ ਜਿਹੜੀ ਬੇਸਿਕ ਗੱਲ ਦੱਸੀ ਹੋਈ ਕੀ ਹੋਈ ਹੈ ਉਹ ਇਹ ਦੱਸੀ ਹੋਈ ਹੈ ਵੀ ਕੀ ਸੀ ਸੀ ਫਿਲੀਪਾਈਨਸ ਨਾਲ ਕੀ ਹੋ ਗਿਆ ਇੰਡੀਆ ਦੀ ਡੀਲ ਹੋਈ ਹੈ ਫਿਲੀਪਾਈਨਸ ਨਾਲ ਇੰਡੀਆ ਦੀ ਡੀਲ ਹੋਈ ਹੈ ਉਹ ਜਿਹੜੀ ਡੀਲ ਹੋਈ ਹੈ ਅਰਾਊਂਡ 300 ਸਮਥਿੰਗ ਮਿਲੀਅਨ ਦੀ ਡੀਲ ਹੋਈ ਹੈ ਜੋ ਅਰਾਊਂਡ 13000 ਕਰੋੜ ਦੇ ਆਸ-ਪਾਸ ਬਣ ਜਾਂਦਾ ਇੰਡੀਅਨ ਵੈਲਿਊ ਦੇ ਅਕੋਰਡਿੰਗ ਠੀਕ ਹੈ ਹੁਣ ਉਸ ਡੀਲ ਦੇ ਵਿੱਚ ਕੀ ਡੀਲ ਹੋਈ ਹੈ three batteries of stored based anti ship variant of brahmos supersonic cruise missile theek hai baki sari cheeza chhad do jehdi sab to vaddi cheez tonu dikhana chahna oh jehdi aa missile di gal kiti hai es missile wali gal gal karna chahna brahmos brahmos ki cheez hai ere bare ki pata hai ਇਹ ਕੀ ਚੀਜ਼ ਹੈ ਇਹ missile like ਠੀਕ ਹੈ ਇੱਕ missile ਹੈ ਜਿਹੜੀ ਇੰਡੀਆ ਨੇ ਤਿਆਰ ਕੀਤੀ ਸੀ ਸਿਰਫ ਇਹ ਇੰਡੀਆ ਨੇ ਤਿਆਰ ਨਹੀਂ ਕੀਤੀ ਇਹ ਦੋ ਦੇਸ਼ਾਂ ਨੇ ਮਿਲ ਕੇ ਤਿਆਰ ਕੀਤੀ ਸੀ ਸੁਪਰਸੋਨਿਕ ਕ੍ਰੂਜ਼ ਮਿਸਾਈਲ ਬਿਲਕੁਲ ਸਹੀ ਬਿਲਕੁਲ ਸਹੀ ਭਗਵੰਤ ਉਹ ਕਿਹੜੇ-ਕਿਹੜੇ ਦੋ ਦੇਸ਼ ਸੀਗੇ ਇੱਕ ਇੰਡੀਆ ਸੀ ਦੂਜਾ ਕਿਹੜਾ ਸੀ ਰਸ਼ੀਆ ਸੀ ਇੱਕ ਇੰਡੀਆ ਸੀ ਦੂਜਾ ਕਿਹੜਾ ਸੀ ਰਸ਼ੀਆ ਦੋਨਾਂ ਨੇ ਮਿਲ ਕੇ ਤਿਆਰ ਕੀਤੀ ਸੀ ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵਾਲੋ ਕਿਹੜਾ ਡਿਪਾਰਟਮੈਂਟ ਸੀ DRDO ਸੀਗਾ ਇੰਡੀਆ ਦਾ ਕਿਹੜਾ ਡਿਪਾਰਟਮੈਂਟ ਸੀ ਡੀਆਰਡੀਓ ਸੀਗਾ ਠੀਕ ਹੈ ਤਾਂ ਐਵੇਂ ਜੇ ਰਸ਼ੀਆ ਦੀ ਗੱਲ ਕਰੀਏ ਰਸ਼ੀਆ ਦਾ ਕਿਹੜਾ ਡਿਪਾਰਟਮੈਂਟ ਸੀਗਾ ਜੇ ਐਵੇਂ ਆਪਾਂ ਰਸ਼ੀਆ ਦੀ ਗੱਲ ਕਰੀਏ ਤਾਂ ਰਸ਼ੀਆ ਦਾ ਕਿਹੜਾ ਡਿਪਾਰਟਮੈਂਟ ਹੈ ਦਸਿਹਰੀ ਡਿਪਾਰਟਮੈਂਟ ਦਾ ਨਾਮ ਹੈ ਐਨ ਪੀਓ ਐਮ ਰਸ਼ੀਆ ਦੇ ਡਿਪਾਰਟਮੈਂਟ ਦਾ ਨਾਮ ਹੈ ਐਨ ਪੀਓ ਐਮ ਉਸ ਤੋਂ ਬਿਲਕੁਲ ਸਹੀ ਉਸ ਤੋਂ ਫਰਦਰ ਜਿਹੜਾ ਇਸ ਦੋ ਦਾ ਨਾਮ ਰੱਖਿਆ ਗਿਆ ਉਹ ਨਾਮ ਕਿਸ ਤੋਂ ਰੱਖਿਆ ਗਿਆ ਜਿਹੜੇ ਦੋਨਾਂ ਕੰਟਰੀਆਂ ਦੇ ਵਿੱਚ ਵੱਡੇ ਰੀਵਰ ਨੇ ਉਹਨਾਂ ਨੂੰ ਅਕੋਰਡਿੰਗ ਉਹਨਾਂ ਦੇ ਅਕੋਰਡਿੰਗ ਰੱਖਿਆ ਗਿਆ ਠੀਕ ਹੈ ਅ ਨਹੀਂ ਮਾਸਕੋ ਨਹੀਂ ਹੈ ਰਿਵਰ ਦਾ ਨਾਮ ਠੀਕ ਹੈ ਰਿਵਰ ਦੇ ਨਾਮ ਤੇ ਰੱਖਿਆ ਗਿਆ ਮਾਸਕੋ ਰਿਵਰ ਦਾ ਨਾਮ ਰਹੀ ਹੈ ਠੀਕ ਹੈ ਬੀ ਆਰ ਐਚ ਮਤਲਬ ਬ੍ਰह्मपुत्रਾ ਤੋਂ ਰੱਖਿਆ ਗਿਆ ਜਿਹੜਾ ਐਮ ਓ ਐਸ ਕੀ ਸੀਗਾ ਇਹਦਾ ਨਾਮ ਕੀ ਹੈ ਮਾਸਕਿਵਾ ਐਮ ਓ ਐਸ ਕੇ ਆਈ ਵੀ ਠੀਕ ਹੈ ਇਹ ਵੀ ਰਿਵਰ ਹੈ ਰਸ਼ੀਆ ਦੇ ਵਿੱਚ ਰਿਵਰ ਹੈ ਇਹ ਦੋਨਾਂ ਦਾ ਰਿਵਰ ਦਾ ਨਾਮ ਜੋੜ ਕੇ ਇਹ ਚੀਜ਼ ਰੱਖੀ ਗਈ ਹੈ ਓਕੇ ਕਲੀਅਰ मॉस्को नहीं है मॉस्को नहीं है मॉस्को नहीं है सुन लो एक चीज ठीक है ओके पैगाका टेक्स फर्स्ट माउंटेन स्टेज ठीक है बहुत छोटी जी न्यूज़ है तेरी मतलब एनी डिटेल ਦੇ ਵਿੱਚ ਇਹ ਚ ਨਹੀਂ ਪੁੱਛਣਗੇ ਲੇਕਿਨ ਇਹਦਾ ਪੀਪੀਐਸਸੀ ਜਾਂ ਜਿਹੜੇ ਪੀਸੀਐਸ ਦੀ ਤਿਆਰੀ ਕਰ ਰਿਹਾ ਜਾਂ ਜਿਹੜੇ ਉਸ ਤੋਂ ਉੱਪਰ ਦੀ ਤਿਆਰੀ ਕਰ ਰਿਹਾ मतलब ਯੂਪੀਐਸਸੀ ਦੀ ਆ ਗਈ ਠੀਕ ਹੈ ਉਹਨਾਂ ਲਈ ਇਹ ਚੀਜ਼ ਇੰਪੋਰਟੈਂਟ ਹੋ ਸਕਦੀ ਹੈ ਠੀਕ ਹੈ ओके okay, जी बिल्कुल सही ठीक है डिफेंस डिफेंस सॉरी नो डिफेंस डिपेंडिंग चैंपियन तादेज किया पोगाकार तादेज ਪੋਗਾਕਾਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਿਹੜੀ ਮਾਊਂਟੇਨ ਰੇਸ ਸੀ ਉਹ ਜਿੱਤੀ ਹੈ ਪਹਿਲੀ ਮਾਊਂਟੇਨ ਰੇਸ ਜਿਹੜੀ ਇਸ ਸਾਲ ਦੀ ਹੋਈ ਹੈ ਜਿਹੜੀ ਪਹਿਲੀ ਮਾਊਂਟੇਨ ਰੇਸ ਇਸ ਸਾਲ ਦੀ ਹੋਈ ਹੈ ਉਹ ਜਿੱਤੀ ਹੈ ਇਸ ਨਿਊਜ਼ ਦੇ ਵਿੱਚ ਸਿਰਫ ਇਹੀ ਇੰਪੋਰਟੈਂਟ ਹੈ ਹੋਰ ਕੁਝ ਨਹੀਂ ਸਿਰਫ ਨਾਮ ਹੈ ਠੀਕ ਹੈ ਅੱਗੇ ਵੀ ਖੋਰ ਆਦੇ ਉਹਦੇ ਵਿੱਚ ਵੀ ਸਿਰਫ ਸਿਰਫ ਨੇਮ ਹੈ ਲੇਕਿਨ ਉਹ ਇੰਡੀਆ ਦੀ ਹੈ ਇਸ ਕਰਕੇ ਇੰਪੋਰਟੈਂਟ ਹੋ ਸਕਦੀ ਹੈ ਆਪਣੇ ਪੁਆਇੰਟ ਆਫ View ਨਾਲ ਠੀਕ ਹੈ ਕੀ ਹੈ ਡਿਗਨੇ ਗੁਕੇਸ਼ ਦੀਗ ਗੁਕੇਸ਼ ਜਿੱਤੇ ਨੇ ਚੈਸ ਦੀ ਇੱਕ ਚੈਂਪੀਅਨਸ਼ਿਪ ਜਿੱਤੇ ਨੇ ਚੈਂਪੀਅਨਸ਼ਿਪ ਦਾ ਕੀ ਨਾਮ ਹੈ ਜੀਜੋਂ ਚੈਂਪੀਅਨਸ਼ਿਪ ਹੈ ਜਿਹੜੀ ਜਿੱਤੇ ਨੇ ਉਹ ਜਿੱਥੇ ਉਹ ਚੈਸ ਮਾਸਟਰ ਜਿੱਤੇ ਨੇ ਜੀਜੋਂ ਚੈਸ ਮਾਸਟਰ ਇੱਕ ਚੈਂਪੀਅਨਸ਼ਿਪ ਉਹ ਜਿੱਤੇ ਨੇ ਕਲੀਅਰ ਓਕੇ ਗੁਕੇਸ਼ ਡੀ ਗੁਕੇਸ਼ ਨਾਲ ਨਾਮ ਹੈ ਤੇ ਜਿਹੜੀ ਚੈਂਪੀਅਨਸ਼ਿਪ ਜਿੱਤੇ ਨੇ ਕਿਹੜੀ ਚੈਂਪੀਅਨਸ਼ਿਪ ਜਿੱਤੇ ਨੇ ਜੀਜੋਂ ਚੈਸ ਮਾਸਟਰ ਓਕੇ ਕਲੀਅਰ ਚਲੋ ਨੈਕਸਟ ਅੱਗੇ ਜਾਣਾ ਹੈ ਚੈਨੀ ਓਕੇ ਉਹਨਾਂ ਸਾਰੀ ਨਿਊਜ਼ ਆਪਾਂ ਸਾਰਿਆਂ ਨੂੰ ਪਤਾ ਹੋਊਗੀ ਲੇਕਿਨ ਇਹ ਸਿਰਫ ਸਟੈਟਿਸ ਪੁਆਇੰਟ ਆਫ 뷰 ਨਾਲ ਕਵਰ ਕਰਨੀ ਆ ਇਹ ਵਾਲੀ ਨਿਊਜ਼ ਆਪਾਂ ਠੀਕ ਹੈ ਜਿੰਨਾ ਬਾਰੇ ਤੁਸੀਂ ਪਿਛਲੇ 2-3 ਦਿਨ ਤੋਂ ਜਾਂ ਤਾਂ ਨਿਊਜ਼ ਦੇ ਵਿੱਚ ਦੇਖ ਰਹੇ ਹੋਵੋਗੇ ਠੀਕ ਹੈ ਜਾਂ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਇਸ ਚੀਜ਼ ਬਾਰੇ ਡਿਸਕਸ ਹੁੰਦਾ ਰਹੂਗਾ ਕਿ ਜਿਹੜੇ ਫਾਰਮਰ ਪੀਐਮ ਸੀ ਜਪਾਨ ਦੇ ਉਹ ਕਿਉਂਗੇ ਐਸੈਨੇਟ ਕੀਤੇ ਗਏ ਮਤਲਬ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਠੀਕ ਹੈ ਲੇਕਿਨ ਆਪਾਂ ਮੇਨਲੀ ਇਸ ਨਿਊਜ਼ ਨੂੰ ਕਿਸ ਚੀਜ਼ ਚੀਜ਼ ਨਾ ਕਵਰ ਕਰਨਾ ਆਪਾਂ ਕਵਰ ਕਰਨਾ ਹੈ पीएम बारे देखਾਂਗੇ ਜਿਹੜੇ ਫਾਰਮਰ पीएम ਸੀ ਉਹ ਕਿਉਂ ਇੰਪੋਰਟੈਂਟ ਸੀ ਹੈ ਜੀ ਕੀ ਚੀਜ਼ ਸੀ ਹੁਣ ਫਾਰਮਰ पीएम ਨੇ ਉਹ ਅਨੇ ਇੰਪੋਰਟੈਂਟ ਕਿਉਂ ਸੀ ਉਹਦਾ ਰੀਜ਼ਨ ਕੀ ਹੈ ਇੱਕਲੋਤੇ ਹੈ ਜੇ पीएमसी ਇਹ ਇਕਲੋਤੇ ਹੈ ਜੇ ਬਿਲਕੁਲ ਸੇ ਇਹਨਾਂ ਨਾਮ ਕੀ ਹੈ ਸ਼ਿੰਜੋ ਆਬੇ ਇਹਨਾਂ ਨਾਮ ਕੀ ਹੈ ਸ਼ਿੰਜੋ ਆਬੇ ਠੀਕ ਹੈ ਇਹ ਅਨੇ ਇੰਪੋਰਟੈਂਟ ਸੀਗੇ ਕਿ ਇਹ ਸਭ ਤੋਂ ਜ਼ਿਆਦਾ ਵਾਰ ਪੀਐਮ ਰਹੇ ਨੇ ਜਪਾਨੀਜ਼ ਦੀ ਹਿਸਟਰੀ ਦੀ ਅਕੋਰਡਿੰਗ ਜਾਪਨੀ ਜਪਾਨ ਦੇ ਹਿਸਟਰੀ ਦੇ ਅਕੋਰਡਿੰਗ ਸਭ ਤੋਂ ਲੰਬੀ ਦੇਰ ਸਭ ਤੋਂ ਲੰਬੀ ਦੇ ਜਿਹੜੇ ਪੀਐਮ ਰਹੇ ਨੇ ਉਹ ਕੋਨੇ ਸ਼ਿੰਜੋ ਆਬੇ ਕੋਨੇ ਸ਼ਿੰਜੋ ਆਬੇ ਮਤਲਬ ਇਹ 2012 ਤੋਂ ਲੈ ਕੇ 2020 ਤੱਕ 2012 ਤੋਂ ਲੈ ਕੇ 2020 ਤੱਕ ਇਹ ਪੀਐਮ ਰਹੇ ਨੇ 20 ਨਾ 18 ਤਾਂ ਨਹੀਂ 16 ਤਾਂ ਨਹੀਂ ਇੱਕ ਵਾਰੀ ਕਰੋਸ ਚੈੱਕ ਕਰ ਲਓ ਇੱਕ ਵਾਰੀ ਕਰੋਸ ਚੈੱਕ ਕਰ ਲਓ ਠੀਕ ਹੈ 12 ਤੋਂ ਲੈ ਕੇ 2020 ਤੱਕ ਇਹ ਪੀਐਮ ਰਹੇ ਨੇ ਮਤਲਬ ਕਿ ਆ ਗਿਆ ਲੋਂਗੇਸਟ ਸਰਵਡ ਪੀਐਮ ਇਨ ਜਪਾਨਸ ਹਿਸਟਰੀ ਹੁਣ ਇਹਤੇ ਕੁਐਸਚਨ ਬਣ ਸਕਦਾ ਵੀ ਜਪਾਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਲੰਮਾ ਟਾਈਮ ਪੀਐਮ ਕੌਣ ਰਹੇ ਨੇ ਤਾਂ ਉਤੇ ਕਿੰਨਾ ਆਜੂਗਾ ਕੌਣ ਆ ਜਾਣਗੇ ਸਿੰਜੋ ਆਬੇ 4 ਟਾਈਮਸ ਪੀਐਮ ਓਕੇ 4 ਟਾਈਮ ਹੀ ਸੀਗਾ 4 ਟਾਈਮ ਆਜੂਗਾ दो हज़ार बारह तो लैके दो हज़ार भी तक चार बार आ जाऊंगा नहीं क्यों क्योंकि दो हज़ार पहला तो भी वो एक बार रह चुके हैं लेकिन एक साल का पीरियड ही आई थिंक उन्होंने किया उदो भी वह पीएम रहे थे लेकिन कंटिन्यूस टाइम पीरियड से ओके चलिए नैक्सट जापान बारे देख लीए वह यार सोरी उनीमेषन लगनीपुर नहीं तो पिछले वर्ल्ड मैपा ਉਤੇ ਜਪਾਨ ਬਾਰੇ ਸੀ 2006 ਤੋਂ 2007 ਬਿਲਕੁਲ ਸਹੀ ਮੈਨੂੰ ਪ੍ਰੋਪਰ ਟਾਈਮ ਨਹੀਂ ਯਾਦ ਲੇਕਿਨ ਇਹੀ ਹੋਊਗਾ ਜੇ ਤੁਸੀਂ ਦੱਸ ਰਹੇ 2006 ਤੋਂ 2007 ਠੀਕ ਹੈ ਉਦੋਂ ਵੀ ਸਾਲ ਦਾ ਟਾਈਮ ਸੀਗਾ ਜਿਹਦੇ ਡੂ ਟੂ ਹੈਲਥ ਇਸ਼ੂ ਉਹਨਾਂ ਨੂੰ ਮਤਲਬ ਛੱਡਣੀ ਪਈ ਸੀ ਪੀਐਮ ਦੀ ਪੋਸਟ ਠੀਕ ਹੈ ਓਕੇ ਚਲੋ ਆ ਓਕੇ ਹੁਣ ਜਪਾਨ ਦੇ ਸਟੈਟਿਸਟਿਕਸ ਦੀ ਗੱਲ ਕਰ ਲਈਏ ਆ ਰਹਾ ਜਾਪਾਨ ਮਤਲਬ ਪਿੱਛੇ ਐਨੀਮੇਸ਼ਨ ਲੱਗਣੇ ਸੀ ਉਹ ਲਾਣੀ ਭੁੱਲ ਗਏ ਡਾਇਰੈਕਟ ਫੋਟੋ ਆ ਰਹੀ ਹੈ ਨਹੀਂ ਤਾਂ ਪਿੱਛੇ ਪਹਿਲਾਂ ਤੁਸੀਂ 올ਓਵਰ ਮਤਲਬ ਗਲੋਬ ਦੇ ਵਿੱਚੋਂ ਦੇਖ ਸਕਦੇ ਈ ਟਾਈਮ ਲੇਕਿਨ ਆਈ ਹੋਪ ਸੋ ਸਾਰਿਆਂ ਨੂੰ ਪਤਾ ਹੀ ਹੈ ਜਾਪਾਨ ਹੈ ਕਿੱਥੇ ਠੀਕ ਹੈ ਓਕੇ ਆ ਰਹਾ ਜਾਪਾਨ এর ক্যাਪੀਟਲ ਦੀ ਗੱਲ ਕਰੀਏ ਜਾਪਾਨ ਦੀ ਕੈਪੀਟਲ ਕੀ ਹੈ ਜਾਪਾਨ ਦੀ ਕੈਪੀਟਲ ਕੀ ਹੈ ਟੋਕਿਓ ਟੋਕਿਓ ਦਾ ਮਤਲਬ ਵਰਡ ਸਾਰਾ ਨਾਮ ਸਾਰਿਆਂ ਨੂੰ ਯਾਦ ਹੀ ਹੋਗਾ ਟੋਕਿਓ ਹੁਣ ਇਹ ਜਾ ਨਾਮ ਬਣ ਗਿਆ ਹਨਾ ਕਈ ਅਥੇ ਮਨੀ ਹਿਸਟਾਲੇ ਵੀ ਬੈਠੇ ਹੋਣਗੇ ਓਕੇ ਫਰਦਰ ਅ ਫਰਦਰ 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 ਲੈਂਗੁਏਜ ਕਿਹੜੀ ਲੈਂਗੁਏਜ ਯੂਜ਼ ਹੁੰਦੀ ਹੈ ਓਰੇ ਜਪਨੀਜ਼ ਲੈਂਗੁਏਜ ਹੀ ਹੈ ਠੀਕ ਹੈ ਜਪਨੀਜ਼ ਲੈਂਗੁਏਜ ਹੈ ਓਕੇ ਹੁਣ ਪੀਐਮ ਦੀ ਗੱਲ ਕਰੀਏ ਪੀਐਮ ਕੌਣ ਹੈ ਪੀਐਮ ਦਾ ਨਾਮ ਪਤਾ ਕਿਸੇ ਨੂੰ ਪੀਐਮ ਦਾ ਨਾਮ ਪਤਾ ਕਿਸੇ ਨੂੰ ਜੈਨ ਕਰੰਸੀ ਬਿਲਕੁਲ ਸਹੀ ਕਰੰਸੀ ਜੈਨ ਬਿਲਕੁਲ ਸਹੀ ਕਰੰਸੀ ਨਹੀਂ ਤਾ ਮ ਭੁੱਲ ਜਾਣਾ ਸੀ ਜੇ ਤੁਸੀਂ ਨਾਂ ਲਿਖ ਦੇ ਠੀਕ ਹੈ ਪੀ ਐਮ ਦਾ ਨਾਮ ਕੀ ਹੈ ਫਾਮਿਓ ਕਿਸ਼ੀਦਾ ਫਾਮਿਓ ਕੇ ਆਈ ਕੇ ਐਚ ਨਹੀਂ ਆਣਾ ਕੇ ਆਈ ਕਿਸ਼ੀਦਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਐਂਪਰਰ ਵੀ ਆ ਜਾਂਦੇ ਆ ਐਂਪਰਰ ਐਂਪਰਰ ਦਾ ਨਾਮ ਪਤਾ ਹੈ ਫਾਮਿਓ ਕੀ ਸ਼ੀਦਾ ਫਾਮਿਓ ਕੀ ਸ਼ੀਦਾ ਫਾਮਿਓ ਕੀ ਸ਼ੀਦਾ ਐਂਪੀਰਰ ਦਾ ਨਾਮ ਅ ਐਂਪੀਰਰ ਆਹਨ ਨੇ ਨਾ ਅ ਨਾਰੂਹਿਤੋ 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 ਨਾਰੂ ਨਾਰੂਹਿਤੋ ਸਪੈਲਿੰਗ ਦੇ ਵਿੱਚ ਮਿਸਟੇਕ ਹੋ ਸਕਦੀ ਹੈ ਮੇਬੀ ਲੇਕਿਨ ਨਾਰੂਹਿਤੋ ਹੀ ਹੈ ਆਈ ਥਿੰਕ ਸਹੀ ਹੈ ਠੀਕ ਹੈ ਤਾਂ ਐਂਪੀਰਰ ਕੌਣ ਨੇ ਜਾਪਾਨ ਦੇ ਨਾਰੂਹਿਤੋ ਨੋ ਨੋ ਮਤਲਬ ओके okay. चलिए चलो आगे नेक्स्ट ओके पंजाब दी न्यूज़ आगी ठीक है पंजाब दी न्यूज़ ਵੀ ਦੇਖੋ ਕੀ ਦੇ ਵਧੀਆ ਜਿਹੜੇ ਆਪਣੇ ਇੰਜੀਨੀਅਰਿੰਗ ਦੇ ਸਟੂਡੈਂਟ ਹਨ ਉਹਨਾਂ ਲਈ ਸਭ ਤੋਂ ਗੁੱਡ ਨਿਊਜ਼ ਹੈ ਬਹੁਤ ਵਧੀਆ ਖਬਰ ਹੈ ਇੰਜੀਨੀਅਰਿੰਗ ਦੇ ਸਟੂਡੈਂਟ ਲਈ ਕੀ ਹੈ ਇਟਸ ਕਾਲਜ ਰੈਂਕਡ A+ ਪੰਜਾਬਸ ਫਰਸਟ ਟੈਕ ਯੂਨੀਵਰਸਿਟੀ ਗੈਟਸ B ਇਨ ਫਰਸਟ ਐਵਰ NAAC ਗ੍ਰੇਡਿੰਗ ਪਹਿਲੀ ਵਾਰ ਇਦਾਂ ਹੋਇਆ ਕਿ ਪੰਜਾਬ ਦੀ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਨੂੰ NAC ਵੱਲੋਂ ਗ੍ਰੇਡਿੰਗ ਮਿਲੀ ਹੈ ਕਿ ਗ੍ਰੇਡਿੰਗ ਮਿਲੀ ਹੈ B ਗ੍ਰੇਡਿੰਗ ਮਿਲੀ ਹੈ ਹੁਣ NAC ਬਾਰੇ ਕਿਸੇ ਨੂੰ ਪਤਾ ਕੀ ਚੀਜ਼ ਹੈ ਇਹ NAC ਇਹ ਨੈਸ਼ਨਲ ਅਸੈਸਮੈਂਟ ਕਰਦੀ ਹੈ ਮਤਲਬ ਹਰ ਇੱਕ ਯੂਨੀਵਰਸਿਟੀ ਦੀ ਅਸੈਸਮੈਂਟ ਕਰਦੀ ਹੈ ਜੀਚੋ ਯੂਨੀਵਰਸਿਟੀ ਨੂੰ ਕੋਈ ਗ੍ਰੇਡਿੰਗ ਦਿੰਦੀ ਹੈ ਜਿਵੇਂ A+ ਹੋ ਗਿਆ A ਹੋ ਗਿਆ B+ ਹੋ ਗਿਆ B ਹੋ ਗਿਆ ਓਕੇ ਹੁਣ ਇਹਨਾਂ ਦੀ ਜਿਹੜੇ ਫੁੱਲ ਐਨ ਏ ਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੂੰ ਉਹਦੇ ਕਿਤੇ ਦੱਸ ਆ ਲਿਖਿਆ ਹੋਇਆ ਨੈਸ਼ਨਲ ਅਸੈਸਮੈਂਟ ਆਫ ਹਾਂ ਸੌਰੀ ਨੈਸ਼ਨਲ ਅਸੈਸਮੈਂਟ ਐਂਡ ਅਕ੍ਰੈਡੀਸ਼ਨ ਕਾਉਂਸਿਲ ਮਤਲਬ ਜੋ ਕੀ ਕਰਦੀ ਹੈ ਪੂਰੀ ਸਾਰੇ ਆਲ ਓਵਰ ਵਰਲਡ ਸੌਰੀ ਨਾਟ ਆਲ ਓਵਰ ਵਰਲਡ ਬਟ ਆਲ ਓਵਰ ਇੰਡੀਆ ਦੇ ਵਿੱਚ ਇਹ ਅਸੈਸਮੈਂਟ ਕਰੇਗੀ ਆਲ ਓਵਰ ਇੰਡੀਆ ਦੇ ਵਿੱਚ ਇਹ ਅਸੈਸਮੈਂਟ ਕਰਦੀ ਹੈ ਸਾਰੇ ਯੂਨੀਵਰਸਿਟੀਆਂ ਨੂੰ ਉਹਨਾਂ ਦੀ ਗ੍ਰੇਡਿੰਗ ਦਿੱਤੀ ਜਾਂਦੀ ਹੈ ਨੈਸ਼ਨਲ ਅਸੈਸਮੈਂਟ ਐਂਡ ਅਕ੍ਰੈਡੀਸ਼ਨ ਕਾਉਂਸਿਲ ਬਿਲਕੁਲ ਸਹੀ ਬਿਲਕੁਲ ਸਹੀ ओके ओके ਹੁਣ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਨਿਊਜ਼ ਹੈ ਉਹ ਇਹ ਹੋਰ ਆ ਸਕਦੀ ਹੈ ਉਹਦੇ ਵਿੱਚ ਕੀ ਆ ਸਕਦਾ ਹੈ ਹਾਂਜੀ ਪੀਟੀਯੂ ਨੂੰ ਦਿੱਤਾ ਹੈ ਜੇ ਪੀਟੀ ਦੀ ਗੱਲ ਕਰੀਏ ਪੀਟੀਓ ਯੂਨੀਵਰਸਿਟੀ ਦਾ ਨਾਮ ਪਹਿਲਾਂ ਸੀਗਾ ਜੇ ਹੁਣ ਦੀ ਗੱਲ ਕਰੀਏ ਹੁਣ ਯੂਨੀਵਰਸਿਟੀ ਦਾ ਨਾਮ ਕੀ ਹੈ ਆਈ ਕੇ ਗੁਜਰਾਲ ਪੀਟੀਯੂ ਹੁਣ ਆਈ ਕੇ ਗੁਜਰਾਲ ਕੀਤੇ ਨਾਮ ਦੇ ਰੱਖੀ ਗਈ ਹੈ ਯੂਨੀਵਰਸਿਟੀ ਦਾ ਨਾਮ ਇੰਦਰ ਕੁਮਾਰ ਗੁਜਰਾਲ ਦੇ ਨਾਮ ਦੇ ਰੱਖਿਆ ਗਿਆ ਜਿਹੜੇ ਆਪਣੇ 12th ਪੀਐਮ ਰਹੇ ਨੇ 12th ਪ੍ਰਾਈਮ ਮਿਨਿਸਟਰ ਰਹੇ ਨੇ ਇੰਡੀਆ ਦੇ ठीक है टाइम पीरियड की गल करिए नाइनटीन नाइन एट टू 1997 नाइन 1997 नाइन सैवन टू नाइनटीन ठीक है टू नाइनटी एट रहे ठीक है इस टाइम पीरीयडीएम रहे ओके मार्च तो लैके अप्रैल तक ही टाइम पीरियड रहा बिल्कुल सही इंद्र कुमार गुजराल ओके ठीक है ओके हूँ पी टी जू की गल करिए पी टी जू की जी स्टार्टिंगी तो यह पीटी जू करो अस्टैबलिश हुई सी 1997 ਦੇ ਵਿੱਚ ਇਸਟੈਬਲਿਸ਼ ਹੋਈ ਸੀ ਔਰ ਉਹ ਹੀ ਬਣੀ ਸੀ ਲੇਕਿਨ ਇਹਦਾ ਜਿਹੜਾ ਆਈਕੇ ਗੁਜਰਾਲ ਦਾ ਜਿਹੜਾ ਪੀਟੀਯੂ ਨਾਮ ਹੈ ਕਰੋ ਚੇਂਜ ਕੀਤਾ ਗਿਆ 2015 ਦੇ ਵਿੱਚ ਇਹ ਨਾਮ ਚੇਂਜ ਕਰਕੇ ਮਤਲਬ ਪੀਟੀਯੂ ਤੋਂ ਮਤਲਬ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਿਹੜੀ ਪੀਟੀਯੂ ਹੈ ਉਹ ਚੇਂਜ ਕਰਕੇ ਆਈਕੇ ਗੁਜਰਾਲ ਪੀਟੀਯੂ ਕਰਤਾ ਸੀ ਓਕੇ ਬਸ ਇਹਦੇ ਵਿੱਚ ਹੋਰ ਫਰਦਰ ਕੁਝ ਨਹੀਂ ਹੈ ਬਸ ਇਹ ਆ ਸਕਦਾ ਹੈ ਕਿ ਬੀ ਗ੍ਰੇਡ ਮਿਲਿਆ ਹੈ ਠੀਕ ਹੈ ਕਿਰੇ ਵੱਲੋਂ ਮਿਲਿਆ ਹੈ ਐਨਏਏਸੀ ਗ੍ਰੇਡਿੰਗ ਵੱਲੋਂ ਮਿਲਿਆ ਹੈ ਔਰ ਇਹਦੇ ਵਿੱਚ ਜ਼ਿਆਦਾ ਕੁਝ ਹੈ ਨਹੀਂ ਓਹ ਦੈਟਸ ਆਲ ਚਲੋ ਨੈਕਸਟ ਸਪੋਰਟਸ ਮਿਨਿਸਟਰ ਲਾਂਚ ਡਿਜੀਟਲ ਅਸੈਸ ਫੋਰ ਵੈਲਫੇਅਰ ਸਕੀਮ ਉਹ ਸਪੋਰਟਸ ਮਿਨਿਸਟਰ ਨੇ ਜਿਹੜੇ ਅਨਰਾਗ ਠਾਕਰ ਉਹਨਾਂ ਨੇ ਕੀ ਕੀਤਾ ਇੱਕ ਸਕੀਮ ਚਾਰਜ ਕੀਤੀ ਨਾਟ ਸਕੀਮ ਤਿਆਰ ਨਹੀਂ ਕੀਤੀ ਮਤਲਬ ਐਦਾਂ ਕਹਿ ਲਓ ਵੀ ਉਹਨਾਂ ਨੇ ਇੱਕ ਪੋਰਟਲ ਤਿਆਰ ਕੀਤਾ ਠੀਕ ਹੈ ਇਹ ਜਿਹੜੀ ਪੂਰੀ ਨਿਊਜ਼ ਆ ਉਹਦੇ ਸਿਰਫ ਜਿਹੜੀ ਮੇਨ ਚੀਜ਼ ਆ ਉਹ ਇਹ ਹੈ ਵੀ ਜਿਹੜਾ ਪੋਰਟਲ ਤਿਆਰ ਕੀਤਾ ਉਹ ਕਿਉਂ ਤਿਆਰ ਕੀਤਾ ਰੀਜ਼ਨ ਬੀਇੰਗ ਕਿ ਜਿਹੜੇ ਸਪੋਰਟਸ ਪਰਸਨ ਨੇ ਠੀਕ ਹੈ ਉਹਨਾਂ ਨੇ ਜੇ ਕਿਸੇ ਨੇ ਉਹ ਲੈਣਾ ਹੋ ਪੈਨਸ਼ਨ ਲੈਣੀ ਹੋਵੇ ਕੋਈ ਫੰਡ ਲੈਣਾ ਹੋਵੇ ਉਹ ਸਿੱਧਾ ਹੀ ਇਸ ਪੋਰਟਲ ਦੇ ਥਰੂ ਅਪਲਾਈ ਕਰ ਸਕਦੇ ਆ ਤੇ ਉਹਦਾ ਸਟੇਟਸ ਦੇ ਸਕਦੇ ਆ ਵੀ ਇਸ ਵਾਰ ਕਰੰਟ ਪੋਜੀਸ਼ਨ ਕਿੱਥੇ ਆ ਠੀਕ ਹੈ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਸੀ ਫੰਡ ਜ਼ਿਆਦਾ ਪਹੁੰਚਦੇ ਨਹੀਂ ਸੀ ਪੈਨਸ਼ਨ ਲੇਟ ਹੋ ਜਾਂਦੀ ਸੀ ਜਿਹਦੇ ਕਰਕੇ ਹਰ ਕਿਸੇ ਨੂੰ ਦਿੱਕਤ ਹੁੰਦੀ ਸੀ ਮੇਨ ਰੀਜ਼ਨ ਕੀ ਹੈ ਇਹ ਹੈ ਲੇਕਿਨ ਇਸ ਪੋਰਟਲ ਦਾ ਜਿਹੜਾ ਉਹ ਥੀਮ ਕਹਿ ਲਓ ਜਾਂ ਕਿਕ ਨਾਮ ਲੈ ਲਓ ਵੀ ਇਹਦਾ ਕੀ ਨਾਮ ਦਿੱਤਾ ਗਿਆ ਉੱਪਰ ਲਿਖਿਆ ਹੀ ਹੋਇਆ ਹੈ ਕਿ ਮਿਨੀਮਮ ਗਵਰਨਮੈਂਟ ਮੈਕਸਿਮਮ ਗਵਰਨੈਂਸ ਠੀਕ ਹੈ ਵੀ ਗਵਰਨਮੈਂਟ ਦਾ ਰੋਲ ਜ਼ਹੋ ਬਹੁਤ ਹੀ ਘੱਟ ਜੂਗਾ ਕਿਉਂਕਿ ਸਿੱਧਾ ਪੋਰਟਲ ਦਿੱਤਾ ਪੋਰਟਲ ਤੇ ਜਾ ਕੇ ਹਰ ਕੋਈ ਸਿੱਧਾ ਐਕਸੈਸ ਕਰ ਸਕਦਾ ਠੀਕ ਆ ਆਹ ਇਹਨਾਂ ਦਾ ਪੋਰਟਲ ਹੈ ਯੂਥ ਅਫੇਅਰਸ ਐਂਡ ਸਪੋਰਟ ਜਿਹਦੇ ਵਿੱਚ ਜੇ ਤੁਸੀਂ ਕੋਈ ਅਪਲਾਈ ਕਰਨਾ ਚਾਹੁੰਦੇ ਹੋ ਉਹ ਵੀ ਅਪਲਾਈ ਕਰ ਸਕਦੇ ਹੋ ਨਵੇਂ ਕੋਰਸਿਸ ਲਈ ਠੀਕ ਹੈ ਜੋ ਜੋ ਇਹਨਾਂ ਕੋਲ ਅਵੇਲੇਬਲ ਹੈ ਜੇ ਕੋਈ ਸਕੀਮ ਹੈ ਜਾਂ ਕੋਈ ਫੰਡ ਲੈਣਾ ਕੋਈ ਚੀਜ਼ ਮਤਲਬ ਅਵਾਰਡ ਮਿਲਿਆ ਠੀਕ ਹੈ ਉਹ ਸਾਰੀਆਂ ਚੀਜ਼ਾਂ ਮਤਲਬ ਇੱਥੇ ਤੁਹਾਨੂੰ ਮਿਲ ਜਾਣਗੀਆਂ ਤੇ ਡਾਇਰੈਕਟ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਵੀ ਕੀ ਉਹਨਾਂ ਦਾ ਮਤਲਬ ਕਰੰਟ ਸਿਨੈਰੀਓ ਹੈ ਜਾਂ ਕਰੰ ਠੀਕ ਹੈ ਓਕੇ ਓਕੇ ਹੂੰ ਇਹੀ ਹੈ ਦੇ ਵਿੱਚ ਹੋਰ ਇਹਦੇ ਵਿੱਚ ਕੁਛ ਨੈਕਸਟ 20 ਰੈਡ ਪਾਂਡਾਸ ਟੂ ਮੇਕ ਅ ਹੋਮ ਇਨ ਦੀ ਫੋਰੈਸਟ ਓਕੇ ਹੁਣ ਪਾਂਡਾਸ ਬਾਰੇ ਤਾਂ ਆਪਾਂ ਸਾਨੂੰ ਪਤਾ ਵੀ ਜਿਹੜੇ ਚਾਈਨਾ ਦੇ ਮਤਲਬ ਉਹ ਮਤਲਬ ਉਹਨਾਂ ਨੇ ਉਹ ਲੈ ਲਿਆ ਵੀ ਚਾਈਨਾ ਪਾਂਡਾ ਸਿਰਫ ਸਾਡੇ ਕੋਲੀ ਰਹਿੰਦੇ ਕੀ ਔਰ ਕਿਸੇ ਨਹੀਂ ਹੁਣ ਰੈਡ ਪਾਂਡਾ ਉਹਨਾਂ ਇੱਕ ਨਵੀਂ ਚੀਜ਼ ਹੈ ਨਵੀਂ ਚੀਜ਼ ਤਾਂ ਨਹੀਂ ਚੀਜ਼ ਤਾਂ ਪੁਰਾਣੀ ਹੈ ਲੇਕਿਨ ਰੈੱਡ ਪਾਂਡਾ ਬਾਰੇ ਜਾੜਾ ਕਿਸੇ ਨੂੰ ਪਤਾ ਨਹੀਂ ਹੈ ਹੁਣ ਜਿਹੜੇ ਰੈੱਡ ਪਾਂਡਾ ਹੈ ਇੰਡੀਆ ਦੇ ਵਿੱਚ ਸਿਰਫ ਲਿਮਟਿਡ ਲੋਕੇਸ਼ਨ ਤੇ ਲਿਮਟਿਡ ਇਕੁਅਲ ਲੋਕੇਸ਼ਨ ਹੈ ਉੱਥੇ ਹੀ ਪਾਏ ਜਾਂਦੇ ਆ ਠੀਕ ਹੈ ਉਸ ਤੋਂ ਦੂਜੀ ਜਗ੍ਹਾ ਇਹ ਸ਼ਿਫਟ ਕੀਤਾ ਹੁਣ ਉਹਦੀ ਗੱਲ ਕਰੀਏ ਤਾਂ ਕਿਹੜੀ ਜਗ੍ਹਾ ਤੇ ਪਾਏ ਜਾਂਦੇ ਆ ਸਿੰਗਾਲੀਲਾ ਨੈਸ਼ਨਲ ਪਾਰਕ ਜਿਹੜਾ ਡਾਰਜਲਿੰਗ ਦੇ ਵਿੱਚ ਹੈ ਸਿੰਗਾਲੀਲਾ ਨੈਸ਼ਨਲ ਪਾਰਕ ਜਿਹੜਾ ਕਿ ਡਾਰਜਲਿੰਗ ਦੇ ਵਿੱਚ ਹੈ ਠੀਕ ਹੈ ਉਥੇ ਹੀ ਇਹ ਸਪੀਸੀਜ਼ ਆ ਜਿਹੜੀ ਉਹਦੀ ਗੱਲ ਕਰੀਏ ਤਾਂ ਇਹਦੇ ਬਾਅਦ ਕੀ ਦੱਸਿਆ ਵੀ ਨਿਊ ਡੈਨਿਜ਼ੀ ਸੋਰੀ ਡੈਨਿਜ਼ਨਸ ਨਿਊ ਡੈਨਿਜ਼ਨਸ ਉਹਨਿਹਾਂ ਮਤਲਬ ਕੀ ਆ ਡੈਨਿਜ਼ਨਸ ਇਹ ਵਰਡ ਦਾ ਮਤਲਬ ਕੀ ਆ ਵਰਡ ਦਾ ਮਤਲਬ ਇਸ ਕਰਕੇ ਰੱਖ ਰਹਾ ਮੇਬੀ ਥੋੜੇ ਇੰਗਲਿਸ਼ਲੀ ਹੈਲਪਫੁਲ ਹੋ ਜਾਏਗਾ ਠੀਕ ਹੈ ਡੈਨਿਜ਼ਨਸ ਦਾ ਮਤਲਬ ਕੀ ਆ ਓਵਲੀ ਚੀਜ਼ ਜਿਹੜੀ ਸਿਰਫ ਉਹੀ ਲੋਕੇਸ਼ਨ ਤੇ ਪਾਈ ਜਾਂਦੀ ਹੈ ਠੀਕ ਹੈ ਸਪੀਸੀਜ਼ ਆ ਜੂਗੀ ਐਨੀਮਲਸ ਆ ਜਾਣਗੇ ਠੀਕ ਆ ਬਰਡਸ ਆ ਜਾਣਗੇ ਮੈਮਲਸ ਆ ਜਾਣਗੇ ਇਵਨ ਕੇ ਹਿਊਮਨਸ ਠੀਕ ਆ ਉਹ ਸਾਰੇ ਕਿਦੇ ਵਿੱਚ ਆ ਜਾਂਦੇ ਆ ਡੈਨੀਜ਼ਨਸ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਉਹ ਚੀਜ਼ ਜਿਹੜੀ ਉਹੀ ਲੋਕੇਸ਼ਨ ਤੇ ਪਾਈ ਜਾਂਦੀ ਹੈ ਉਹ ਹੁਣ ਕਿਹੜੀ ਲੋਕੇਸ਼ਨ ਹੈ ਸਿੰਗਾ ਲੀਲਾ نیشنل پارک ਠੀਕ ਹੈ ਹੁਣ ਡਾਚਨੀ ਦੇ ਵਿੱਚ ਇੱਕ ਹੋਰ نیشنل پارک ਵੀ ਆ ਉਸ نیشنل ਦਾ پارک ਦਾ ਕੀ ਨਾਮ ਹੈ ਪਦਮਾ ਪਦਮਾਜਾ ਨਾਇਡੂ پارک ਪਦਮਾਜਾ ਨਾਇਡੂ پارک ओके हूँ रैड पांडा बारे हूँ रैड पांडा का एक्चुअल नाम की है जो साइंटिफिक नाट की गल करिए जो सैंटिफिक ना दिता गया वो गल करिए नाम की है एलुरुस सॉरी एलुरुस फुलजेंस एलुरुस फुलजेन की है वह सैंटिफिक नेम है एलुरुस फुलजेन ओके हूँ सिंगा लीला पार्क है नैशनल पार्क है ये अराउंड सैवन हंडर्ड ਮੀਟਰ ਜਾਂ ਕਿਲੋਮੀਟਰ ਕੀ ਕਹੋਗੇ ਕਿਲੋਮੀਟਰ ਕਹੋਗੇ ਮੀਟਰ ਕਹੋਗੇ ਮੀਟਰ ਆਊਗਾ ਠੀਕ ਹੈ ਹਾਂ ਇਹ ਜਿਹੜਾ ਸਿੰਗਲ ਲੀਲਾ نیشنل ਪਾਰਕ ਹੈ 7000 ਮੀਟਰ ਅਬਵ ਹੈ ਕੀ ਤੋਂ ਸੀ ਲੈਵਲ ਤੋਂ ਕਿਥਾ ਹੈ 7000 ਮੀਟਰ ਅਬਵ ਹੈ ਕੀ ਤੋਂ ਸੀ ਲੈਵਲ ਤੋਂ ਔਰ ਇਹ ਨਾਲ ਨਾਲ ਜਿਹੜਾ ਪਦਮਾਜਾ ਨਾਈਡੂ ਪਾਰਕ ਦੀ ਗੱਲ ਕਰੀਏ ਤਾਂ ਇਹ ਵੀ ਡਾਰਜਲਿੰਗ ਦੇ ਵਿੱਚ ਹੀ ਹੈ ਤੇ ਇਹਦਾ ਲੈਵਲ ਅਰਾਊਂਡ ਹੈ 2000 ਔਰ ਲਿਖਈ ਹੋਇ 2000 ਮੀਟਰ ਅਬਵ ਸੀ ਲੈਵਲ ਠੀਕ ਹੈ ਮਤਲਬ ਲੈਵਲ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈ 7 ਕਿਲੋਮੀਟਰ ਬਿਲਕੁਲ ਸੇ ਉਦਾਂ ਵੀ ਕਹਿ ਸਕਦੇ ਹਾਂ ਓਕੇ ਤਾਂ ਇਸ ਨਿਊਜ਼ ਦੇ ਵਿੱਚ ਜਿਹੜੀ ਮੇਨ ਗੱਲ ਇਹ ਦੱਸੀ ਹੋਈ ਹੈ ਸਿੰਘਾ ਲੀਲਾ ਤੋਂ ਕੁਝ ਜਿਹੜੇ ਪਾਂਡਾ ਸੀ ਰੈੱਡ ਪਾਂਡਾ ਸੀ ਉਹ ਪਦਮਾ ਨੈਸ਼ਨਲ ਪਾਰਕ ਦੇ ਵਿੱਚ ਭੇਜੇਗੇ ਤਾਂ ਕਿ ਉੱਥੇ ਵੀ ਜਿਹੜੀ ਇਹਨਾਂ ਦੀ ਮਤਲਬ ਬਰੀਡਿੰਗ ਹੋ ਸਕੇ ਉੱਥੇ ਵੀ ਇਹਨਾਂ ਦਾ ਮਤਲਬ ਜਿਹੜੀ ਇਹਨਾਂ ਦੀ ਪਾਪੂਲੇਸ਼ਨ ਇਨਕਰੀਜ਼ ਹੋ ਸਕੇ ਕਿਉਂਕਿ ਇਹ ਬਹੁਤ ਘੱਟ ਪਾਪੂਲੇਸ਼ਨ ਰਹਿ ਗਈ ਸੀਗੀ ਤੇ ਹੁਣ ਅਰਾਊਂਡ 38 37 ਦੇ ਆਸ-ਪਾਸ ਨੇ 38 32 ਦੇ ਆਸ-ਪਾਸ ਨੇ ਹੁਣ ਇਹਨਾਂ ਦੀ ਮਤਲਬ ਜਿਹੜੀ ਗਿਣਤੀ ਹੈ ਰੈੱਡ ਪਾਂਡਾ ਦੀ ਓਕੇ ਮੀਟਰ ਸਰ ਓਕੇ ਠੀਕ ਹੈ ਚਲਿਏ ਹੁਣ ਇੱਕ ਵਾਰੀ ਦੇਖ ਲਿਏ ਹੈ ਕਿੱਥੇ ਹੁਣ ਆ ਦੇਖੋ ਆਹ ਵਾਲੀ ਜਗ੍ਹਾ ਤੇ ਕੀ ਹੈ ਨੈਸ਼ਨਲ ਪਾਰਕ ਹੈ ਸਿੰਘਾ ਲੀਲਾ ਨੈਸ਼ਨਲ ਪਾਰਕ ਓਕੇ ਆਵਲੀ ਜਗ੍ਹਾ ਤੇ ਨੇ ਜਗ੍ਹਾ ਤੇ ਥੋੜਾ ਹੋਰ ਵਾਈਡ ਕਰ ਲੀਏ ਤਾਂ ਆ ਪੂਰਾ ਕੀ ਆਪਣਾ ਆ ਗਿਆ ਠੀਕ ਹੈ ਆਵਲੀ ਜਗ੍ਹਾ ਤੇ ਆਪਣਾ ਕੀ ਆ ਗਿਆ ਨੈਸ਼ਨਲ ਪਾਰਕ ਆ ਗਿਆ ਆਵਲੀ ਜਗ੍ਹਾ ਤੇ ਆਪਣਾ ਹੈ ਨੈਸ਼ਨਲ ਪਾਰਕ ਜਿੱਥੇ ਕੀ ਰੈੱਡ ਪਾਂਡਾ ਪਾਏ ਜਾਂਦੇ ਨੇ ਜਿੱਥੇ ਆਪਣੇ ਰੈੱਡ ਪਾਂਡਾ ਪਾਏ ਜਾਂਦੇ ਨੇ ਓਕੇ ਫਰਦਰ ਇਹਦੇ ਵਿੱਚ ਹੋਰ ਨੇਪਾਲ ਸਿੱਕਮ ਆ ਗਿਆ ਇਧਰਲੇ ਪਾਸੇ ਭੂਟਾਨ ਠੀਕ ਹੈ نیچے ਆਪਣੇ ਕੋਲ ਕੀ ਆ ਗਿਆ ਬੰਗਲਾਦੇਸ਼ ਆ ਗਿਆ ਆ डिस्प्यूटेड एरिया ओस एरिया नु त ਛੱਡ ਦੋ ਇਹ ਤਾਂ ਹਮੇਸ਼ਾ ਡਿਸਪੂਟ ਦੇ ਵਿੱਚ ਹੀ ਰਹਿਣਗੇ ਠੀਕ ਹੈ ਬਹੁਤ ਏਰੀਆ ਨੇ ਇਦਾਂ ਇੰਡੀਆ ਦੇ ਦਾ ਓਕੇ ਅ ਓਕੇ ਹੁਣ ਦੇਖੋ ਆਹ ਜਿਹੜੀ ਲਾਈਨ ਹੈ ਇਹ ਲਾਈਨ ਕੀ ਰਿਪਰੈਜ਼ੈਂਟ ਕਰਦੀ ਹੈ A ਲਾਈਨ ਰਿਪਰੈਜ਼ੈਂਟ ਕਰਦੀ ਹੈ ਬੀ ਸਟੇਟ ਬਾਰਡਰ ਹੈ ਆ ਲਾਈਨ ਰਿਪਰੈਜ਼ੈਂਟ ਕਰਦੀ ਹੈ ਨੈਸ਼ਨਲ ਬਾਰਡਰ ਹੈ ਆ ਲਾਈਨ ਕਿਹੜੀ ਰਿਪਰੈਜ਼ੈਂਟ ਕਰਦੀ ਹੈ ਰੈੱਡ ਵਾਲੀ ਕਿ ਇੰਟਰਨੈਸ਼ਨਲ ਬਾਰਡਰ ਹੈ ਓਕੇ ਓਕੇ ਚਲੋ ਹੋਰ ਤਾਂ ਕੁਝ ਨਹੀਂ ਹੈ ਮਤਲਬ ਹਰ ਪਾਸੋਂ ਜਿਹੜਾ ਨੈਸ਼ਨਲ ਪਾਰਕ ਹੈ ਕਿਰਿਆ ਹੋਇਆ ਹੁਣ ਜਿਹੜੇ ਸਿੰਗਾ ਲੀਲਾ نیشنل ਪਾਰਕ ਹੈ ਦੇ ਬਾਰੇ ਥੋੜਾ ਜਿਹਾ ਦੇਖ ਲੈਂਦੇ ਆ 얘 ਦੇ ਬਾਰੇ ਆਪਾਂ ਨੂੰ ਕੀ ਕੁਝ ਪਤਾ ਹੈ ਕਿਸੇ ਨੂੰ ਪਤਾ ਹੈ ਇਸ ਚੀਜ਼ ਬਾਰੇ ਆ ਆਈਬੀ ਨਹੀਂ ਕਿਸੇ ਨੂੰ ਨਹੀਂ ਤਾਂ ਜਿਵੇਂ ਕਿ ਜਿਹੜੀ ਜੀ ਤੁਹਾਨੂੰ ਪਹਿਲਾਂ ਹੀ ਦੱਸੀ ਹੋਈ ਆ ਪਹਿਲਾਂ ਮੈਂ ਫੇਰ ਦੱਸ ਦੇਣਾ ਵੀ ਜਿਹੜਾ ਸਿੰਗਾ ਲੀਲਾ نیشنل ਪਾਰਕ ਹੈ अराउंड 700 ਸੋਰੀ 7000 ਮੀਟਰ ਅਬੋਵ ਹੈ ਕਿਤੋਂ ਸੀ ਲੈਵਲ ਤੋਂ ਠੀਕ ਹੈ ਜਾਂ 7 ਕਿਲੋਮੀਟਰ ਵੀ ਕਹਿ ਸਕਦੇ ਆ ਜਿਵੇਂ ਇੱਕ ਸਟੂਡੈਂਟ ਨੇ ਦੱਸਿਆ ਹੋਇਆ ਆ ਭਗਵੰਤ ਨੇ ਓਕੇ ਫਰਦਰ ਇਹਦੇ ਵਿੱਚ ਹੋਰ ਕੀ ਜੀ ਆ ਜਾਂਦੀ ਆ ਵੀ ਇਹ ਡਾਰਜਲਿੰਗ ਦੇ ਵਿੱਚ ਹੈ ਠੀਕ ਹੈ ਵੈਸਟ ਮਗਾਉਲ ਦੇ ਵਿੱਚ ਡਾਰਜਲਿੰਗ ਹੈ ਜਿਹੜੀ ਉੱਥੇ ਆ ਨੈਸ਼ਨਲ ਪਾਰਕ ਹੈ ਠੀਕ ਹੈ ਤੇ ਇਹ ਸਟੈਬਲਿਸ਼ ਦੀ ਗੱਲ ਕਰੀਏ ਈਟੀਡੀ ਇਸਟੈਬਲਿਸ਼ ਦੀ ਗੱਲ ਕਰੀਏ ਤਾਂ ਇਹ ਸਟੈਬਲਿਸ਼ ਹੋਇਆ ਸੀ ਅਰਾਊਂਡ 19 ਨਾਟ ਸਟੈਬਲਿਸ਼ ਲੇਕਿਨ ਇਹ 1986 ਦੇ ਵਿੱਚ ਸਟਾਰਟ ਹੋਇਆ ਸੀ ਲੇਕਿਨ ਇਹਦੀ ਇਨੋਗਰੇਸ਼ਨ ਹੋਈ ਸੀ ਉਹ ਹੋਈ ਸੀ 1992 ਦੇ ਅਰਾਊਂਡ ਕੀ ਹੋਈ ਸੀ ਇਹਦੀ ਇਨੋਗਰੇਸ਼ਨ ਹੋਈ ਸੀ ਤਾਂ ਇਹਨੂੰ ਮਤਲਬ ਨੈਸ਼ਨਲ ਪਾਰਕ ਬਣਾ ਦਿੱਤਾ ਸੀਗਾ ਪਹਿਲਾਂ ਸਿਰਫ ਇਹ ਵਾਈਲਡ ਲਾਈਫ ਸੈਂਚਰੀ ਸੀਗੀ ਵਾਈਲਡ ਲਾਈਫ ਐਸ ਐ ਐਨ ਸੀ ਟ ਯੂਏ ਸੈਂਚਰੀ ਸੀਗੀ ਤਾਂ 1992 ਦੇ ਵਿੱਚ ਇਹਨੂੰ नेशनल पार्क बना ਦਿੱਤਾ ਸੀ नेशनल एन ए टी स्पेलिंग ਹੀ ਗਲਤ ਹੋ ਰਹੀ ਅੱਜ ਬਹੁਤ एन ए टी आई ओ एन ए एल नेशनल पार्क ਠੀਕ ਹੈ 1992 ਦੇ ਵਿੱਚ ਇਹ नेशनल पार्क ਬਣਾ ਦਿੱਤਾ ਸੀ ਓਕੇ ਦੈਟਸ ਆਲ ਹਾਂ ਏਰੀਆ 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 ਤਾਂ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਇਹਦਾ ਹੈ ਅਪਰੋਕਸ ਅਪਰੋਕਸ 78 ਕਿਲੋਮੀਟਰ ਔਰੀਆ ਇਹਦਾ सैवनटी एट किलोमीटर अप्रोक्स के लिख रहे हैं ठीक है थोड़ा उपर नीचे होगा सैवनटी एट समथिंग होगा ज़्यादा नहीं है ठीक है अस्सी तो कोटा पझत्तर तो उत्ते है ठीक है इदा मान लो सैवनटी फाइव टू सैवनटी एटी के ठीक है, है? स्केयर किलोमीटर किलोमीटर स्केयर किलोमीटर स्केयर कर लो एरिया है तो स्केयर रहेगा ठीक है।, है सर ओके <laughs> फरदर okay. uh, जगन इलेक्टेड लाइफ टाइम प्रेजीडेंट ऑफ वाई एस आर सी पी YSRCP ਦੇ ਕੀ ਕਰਤੇ ਉਹਨਾਂ ਨੂੰ ਲਾਈਫਟਾਈਮ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਠੀਕ ਹੈ ਹੁਣ ਇਹਨਾਂ ਦੀ ਇੱਕ ਨਿਊਜ਼ ਪਿੱਛੇ ਜੇ ਵੀ ਆਈ ਸੀ ਇਹ ਹੀ ਇੱਕ ਨਿਊਜ਼ ਇਹਦੇ ਰਿਲੇਟਡ ਪਿੱਛੇ ਜੇ ਵੀ ਆਈ ਸੀ ਉਹ ਕੀ ਨਿਊਜ਼ ਸੀ ਉਹ ਇਹ ਨਿਊਜ਼ ਸੀ ਵੀ ਜਿਹੜੇ ਇਹਨਾਂ ਦੇ ਮਦਰ ਨੇ ਠੀਕ ਹੈ ਜਗਨ ਦੇ ਜਿਹੜੇ ਮਦਰ ਨੇ ਉਹਨਾਂ ਨੇ ਕੀ ਕੀਤਾ ਸੀ YSRCP ਨੂੰ ਕੀ ਕਰਤਾ ਕੁਇਟ ਕਰਤਾ ਸੀ ਠੀਕ ਹੈ ਵਾਈ ਐਸ ਆਰ ਸੀ ਪੀ ਨੂੰ ਕਰਤਾ ਸੀ ਕਵਿਟ ਦੇਖੋ ਚੀਫ ਮਿਨਿਸਟਰ ਆਫ ਆਂਧਰਾ ਪ੍ਰਦੇਸ਼ ਐਂਡ ਨੈਸ਼ਨਲ ਪ੍ਰੈਜ਼ੀਡੈਂਟ ਆਫ ਵਾਈ ਆਰ ਸੀ ਸੀ ਨੈਸ਼ਨਲ ਨੈਸ਼ਨਲ ਕਾਂਗਰਸ ਪਾਰਟੀ ਵਾਈ ਐਸ ਜਗਨ ਮੋਹਨ ਰੈਡੀ ਠੀਕ ਹੈ ਵਾਈ ਐਸ ਜਗਨ ਮੋਹਨ ਰੈਡੀ ਦੇ ਜਿਹੜੇ ਮਦਰ ਨੇ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਹੀ ਅਜੇ ਇੱਕ ਪਾਰਟੀ ਨੂੰ ਕਵਿਟ ਕੀਤਾ ਸੀ ਮਤਲਬ ਪ੍ਰੈਜ਼ੀਡੈਂਟ ਦੀ ਸੀਟ ਛੱਡੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਲਾਈਫ ਟਾਈਮ ਪ੍ਰੈਜ਼ੀਡੈਂਟ ਬਣਾ ਦਿੱਤਾ ਸੀ ਠੀਕ ਹੈ ਹੋਰ ਇਸ ਦੇ ਨਿਊਜ਼ ਦੇ ਵਿੱਚ ਹੋਰ ਕੁਝ ਨਹੀਂ ਹੈ ਠੀਕ ਐ ਫਰਦਰ ਦੱਸਣ ਵਾਲਾ ਹਾਂ ਆ ਚੀਜ਼ ਜਿਹੜੀ ਦੀ ਪਾਰਟੀ ਆਲਸੋ ਰੀਜ਼ੋਲਵਡ ਅਮੈਂਡ ਆਰਟੀਕਲ 8 ਐਂਡ ਆਰਟੀਕਲ 9 ਆਫ ਇਟਸ ਕਨਸਟੀਟਿਊਸ਼ਨ ਐਂਡ ਅਨਾਨਮਰਸਲੀ ਇਲੈਕਟਡ ਮਿਸਟਰ ਜਗਨਜੀ ਦੀ ਲਾਈਫਟਾਈਮ ਪ੍ਰੈਜ਼ੀਡੈਂਟ ਆਰਟੀਕਲ 8 ਐਂਡ ਆਰਟੀਕਲ 9 ਦੇ ਥਰੂ ਉਹਨਾਂ ਨੇ ਕੀ ਕੀਤਾ ਅਨਾਨਮਸੀ ਇਲੈਕਟ ਕਰ ਲਿਆ ਠੀਕ ਐ ਮਤਲਬ ਜਿਹੜੀ ਪੂਰੀ ਸਰਕਾਰ ਬਣੀ ਹੋਈ ਆ ਜਾਂ ਜਿਹੜੀ ਪੂਰੀ ਪਾਰਟੀ ਆ ਉਹਨਾਂ ਦੀ ਪੂਰੀ ਸਹਿਮਤੀ ਤੋਂ ਲੈ ਕੇ ਉਹਨਾਂ ਦੀ ਪੂਰੀ ਸਹਿਮਤੀ ਨਾਲ ਬਿਨਾਂ ਕਿਸੇ ਨੂੰ ਦੱਸੇ ਹੋਏ ਹੋਰ ਕਿਸੇ ਨੂੰ ਉਹਨਾਂ ਨੂੰ ਇਲੈਕਟ ਕਰ ਲਿਆ ਠੀਕ ਹੈ ਅਨੋਮੀਨੇਟਰੀ ਮਤਲਬ ਕਿਸੇ ਹੋਰ ਨੂੰ ਨਾ ਪਤਾ ਚੱਲੇ ਠੀਕ ਹੈ ਮਤਲਬ ਜਿੰਨਾ ਤੇ ਸਿਰਫ ਉਹਦਾ ਹੀ ਹੱਕ ਆ ਹੋਰ ਕਿਸੇ ਦਾ ਹੱਕ ਨਹੀਂ ਹੈ ਓਕੇ ਜਿਵੇਂ ਕੁਝ ਡਿਪਾਰਟਮੈਂਟ ਹੁੰਦੇ ਆ ਉਹ ਮਤਲਬ ਜਿੰਨਾ ਤੇ ਗਵਰਨਮੈਂਟ ਦਾ ਹੱਕ ਨਹੀਂ ਉਹਦਾ ਉਹ ਡਿਪਾਰਟਮੈਂਟ ਜੋ ਵੀ ਕਰਨਗੇ ਰੂਲ ਉਹ ਉਹਨਾਂ ਦਾ ਹੀ ਰਹੂਗਾ ਉਵੇਂ ਹੀ ਇਹ ਚੀਜ਼ ਠੀਕ ਹੈ ओके हूँ जेरी गल हो रही है तो ए पी की गल कर लेते आंध्र प्रदेश की गल कर रहे ए पी तो मेरा मतलब आंध्र प्रदेश की है ठीक है आंध्र प्रदेश की गल कर रहे तो आंध्र प्रदेश की गल करिए आंध्र प्रदेश की कैपिटल की है आंध्र प्रदेश की कैपिटल की है आंध्र प्रदेश की कैपिटल की है फटाफट आंसर करो नहीं पता नाम जरूर सुने होगा लेकिन ਅਮਰਾਵਤੀ ਸੁਣਿਆ ਨਾਮ ਅਮਰਾਵਤੀ ਕੀ ਹੈ ਕੈਪੀਟਲ ਹੈ ਅਮਰਾਵਤੀ ਕੀ ਹੈ ਕੈਪੀਟਲ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਆਂਦਾ ਪ੍ਰਦੇਸ਼ ਫਾਰਮੇਸ਼ਨ ਫਾਰਮੇਸ਼ਨ ਕਦੋਂ ਬਣੀ ਸੀ ਇਹ ਸਟੇਟ ਇਹ ਸਟੇਟ ਕਦੋਂ ਬਣੀ ਸੀ ਸਮਾਰਟ ਸਿਟੀ ਬਣਾਈ ਸੀ ਓਕੇ ਜਾਤਲ ਕੈਪੀਟਲ ਤੇ ਹੀ ਫੋਕਸ ਕੀਤਾ ਜਾਂਦਾ ਉਹਨਾਂ ਨੂੰ ਸਬਾਰ ਸਿਟੀ ਬਣਾਉਣ ਲਈ ਉਸ ਤੋਂ ਬਾਅਦ ਬਾਕੀ ਸਟੇਟ ਤੇ ਜਾਇਆ ਜਾਂਦਾ ਡਿਪੈਂਡ ਕਰਦਾ ਕਿਹੜੀ ਸਿਟੀ ਸਭ ਤੋਂ ਵੱਡੀ ਆ ਜਾਂ ਕਿਹੜੀ ਸਿਟੀ ਸਭ ਤੋਂ ਛੋਟੀ ਹੈ 1953 ਲਿਖਿਆ 53 ਨਹੀਂ 56 ਹੈ 1956 ਦੇ ਵਿੱਚ ਇਹਦੀ ਫਾਰਮੇਸ਼ਨ ਹੋਈ ਸੀ ਆਂਧਰਾ ਪ੍ਰਦੇਸ਼ ਬਣੀ ਸੀ ਲੈਂਗੁਏਜ ਬੇਸਿਸ 1953 ਓਕੇ ਬਿਲਕੁਲ ਸਹੀ ਜੇ ਲੈਂਗੁਏਜ ਦੀ ਗੱਲ ਕਰਦੇ ਤਾਂ ਆਪਾਂ ਲੈਂਗੁਏਜ ਦੇ ਵਿੱਚ ਆ ਜਾ ਤਾਂ ਕਿਹੜੀ ਲੈਂਗੁਏਜ ਯੂਜ਼ ਹੁੰਦੀ ਆ ਉਰੇ ਕਿਹੜੀ ਲੈਂਗੁਏਜ ਯੂਜ਼ ਹੁੰਦੀ ਹੈ ਅ ਓਕੇ ਆਕਾਸ਼ ਨੇ ਮੈਨੂੰ ਪੂਰੀ ਡੇਟ ਦੱਸਦੀ 1 ਨਵੰਬਰ 1956 ਓਕੇ 1 ਨਵੰਬਰ 1956 ਠੀਕ ਹੈ ਭਗਵੰਤ ਹਿੰਦੀ ਨਹੀਂ ਹਿੰਦੀ ਨਹੀਂ ਯੂਜ਼ ਹੁੰਦੀ ਤੇਲਗੂ ਲੈਂਗੁਏਜ ਹੈ ਓਕੇ ਬਾਕੀ ਹਿੰਦੀ ਬਾਚੋ ਹਿੰਦੀ ਤੇ ਇੰਗਲਿਸ਼ ਆ ਜਾਂਦੀ ਹੈ ਠੀਕ ਹੈ ਮਤਲਬ ਜਿਹੜੀ ਅ ਐਦਾਂ ਗੈਹ ਲਓ ਫਰਸਟ ਲੈਂਗੁਏਜ ਆ ਤੇਲਗੂ ਹੀ ਹੈ ਓਕੇ ਓਕੇ ओके 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 फर्दर 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 डिस्ट्रिक्ट दीदा लोड ਨਹੀਂ यार वैसे आप नहीं। okay. आपा नु क्योंकि इतना डीपली ਤਾਂ ਕੁਝ ਬੰਦਾ ਨਹੀਂ ਲੇਕਿਨ ਫਿਰ ਵੀ ਅਗਰ ਡਿਸਟ੍ਰਿਕਟ ਦੀ ਗੱਲ ਕਰ ਲਈਏ ਤਾਂ ਆਪਣੇ ਕਿੰਨੀ ਡਿਸਟ੍ਰਿਕਟਾਂ ਆਉਂਦੀਆਂ ਇਹਦੇ ਵਿੱਚ 26 ਡਿਸਟ੍ਰਿਕਟਾਂ ਆ ਜਾਂਦੀਆਂ ਓਕੇ ਹੁਣ ਫਰਦਰ ਸੀਐਮ ਤੇ ਗਵਰਨਰ ਸੀਐਮ ਤੇ ਗਵਰਨਰ ਸੀਐਮ ਬਾਰੇ ਹੁਣੀ ਆਪਾਂ ਪੜਿਆ ਸੀਐਮ ਬਾਰੇ ਦਾ ਆਪਾਂ ਹੁਣੀ ਪੜਿਆ ਕੀ ਹੈ ਵਾਈ ਐਸ ਪੂਰਾ ਨਾਮ ਪਤਾ ਕਿਸ ਨੂੰ ਵਾਈ ਐਸ ਦੀ ਫੁੱਲ ਫਾਰਮ ਕੀ ਹੈ जगनमोहन रेड्डी ठीक है एक क्या उन्हें अपने सीएम ने आंध्र प्रदेश दे, ओके जगनमोहन रेड्डी जगनमोहन रेड्डी गवर्नर बिल्कुल सही आकाश बिल्कुल सही ठीक है हम जो गवर्नर की गल करिए गवर्नर का नाम की है बिश्वाभूषण ठीक है लास्ट ने मरा है हरि चंद्रा, या दी कुछ है हरि चंदन हरी चंदन बिल्कुल विश्वाभूषण हरिचंद्रे कौन ने गवर्नर ने ओके बिल्कुल सही सी एम वाई एस जगन रेड्डी वाई एस जगन रेड्डी जगन रेड्डी ओके सारे ने लिखा है आ, ओके ठीक है विश्वाभूषण बिल्कुल सही बिल्कुल सही क्लियर? हाँ डिस्ट्रिक्ट छब्बीस ने वाला पोर्शन में आके तो सोच रहे रह नहीं दिना क्योंकि अड्डा डिस्ट्रिक्ट अन्ना डीपली कोई पूछता नहीं है ठीक है नेक्स्ट ਨੈਕਸਟ ਦੇਖੋ ਜੇ ਕੀ ਹੈ ਐਂਸ਼ੀਅੰਟ ਬੁੱਧਿਸਟ ਸਾਈਟ ਫਾਈਨਲੀ ਇਨ ਫੋਕਸ ਮਤਲਬ ਜਿਹੜੀ ਇਹ ਸਾਈਟ ਹੈ ਨੂੰ 20 ਸਾਲ ਹੋ ਗਏ ਠੀਕ ਹੈ ਲੰਬੀ ਦਾ 20 ਸਾਲ ਦੀ ਹੋਈ ਸੀ ਲੇਕਿਨ ਇਹ ਤੇ ਹੁਣ ASI ਵੱਲੋਂ AI AS, ASI ਕੀਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨਾਂ ਵੱਲੋਂ ਹੁਣ ਇਹ ਤੇ ਕੰਮ ਸ਼ੁਰੂ ਹੋਇਆ ਠੀਕ ਹੈ ਹੁਣ ਉਹ ਇਸ ਚੀਜ਼ ਮਤਲਬ ਜਿਹੜੀ ਇਹ ਚੀਜ਼ ਫਾਈਂਡ ਹੋਈ ਹੈ ਜਿਹਦੇ ਵਿੱਚ ਸਕਲਪਚਰ ਬਣੇ ਹੋਏ ਆ ਜਿਹਦੇ ਵਿੱਚ ਅਲੱਗ-ਅਲੱਗ ਚੀਜ਼ਾਂ ਫਾਈਂਡ ਆਊਟ ਕੀਤੀਆਂ ਸਰ AP 1953 CH ਬਣਾਇਆ ਸੀ ਕੇਲਾ 1950 ਵਿੱਚ ਸੀਗਾ ओके okay, लेकिन केरल बाद में डिवाइड हुए ना उसके बाद एपी बने ओके okay, मुकेश मैं देख लूंगा मैं ये चीज कल क्लियर कर दूंगा ठीक है मेनू भी अलग-अलग चीजें चकनी बनेंगी जिट तक मिल रहा 1956 से है लेकिन फिर भी कल क्लियर कर लेंगे ठीक है ओके okay, ओके okay. हुन इनिशियल नबुद साईदी बारे गल करे जेडी ये साइट है इस साइट नु की होया ये पैल 20 साल पेहला साइट लगि गई सीगी 20 ਸਾਲ ਪਹਿਲਾਂ ਇਸ ਸਾਈਡ ਲੱਭੀ ਗਈ ਸੀ ਲੇਕਿਨ 20 ਸਾਲ ਤੱਕ ਇਹ ਤਾਂ ਕੋਈ ਕੰਮ ਨਹੀਂ ਸ਼ੁਰੂ ਹੋਇਆ ਹੁਣ ਕੰਮ ਸ਼ੁਰੂ ਹੋਇਆ ਓਕੇ ਲੇਕਿਨ ਲੇਕਿਨ ਜਿਹੜੇ ਇੱਥੇ ਸਕਲਪਚਰ ਫਾਇੰਡ ਹੋਏ ਨੇ ਜਿਹੜੀਆਂ ਚੀਜ਼ਾਂ ਫਾਇੰਡ ਹੋਈਆਂ ਉਹ ਸਾਰੀਆਂ ਰਿਪਰੈਜ਼ੈਂਟ ਕਰਦੀਆਂ ਵੀ ਇਹ ਬੁੱਧਿਸਤ ਮਤਲਬ ਉਸ ਸਾਲ ਦੀਆਂ ਨੇ ਮਤਲਬ ਜਦੋਂ ਅਸ਼ੋਕਾ ਦਾ ਐਮਪਰਰ ਸੀਗਾ ਅਸ਼ੋਕ ਦਾ ਰਾਜ ਸੀਗਾ ਉਸ ਰਾਜ ਦਾ ਹੀ ਸਾਰਾ ਕੁਝ ਡਿਫਾਈਨ ਕਰਦਾ ਠੀਕ ਹੈ ਜਾਇ ਜੀ ਇਹ ਜਗ੍ਹਾ ਤੇ ਚੀਜ਼ਾਂ ਮਿਲੀਆਂ ਉਹ ਸਾਰੀ ਜਗ੍ਹਾ ਤੇ ਮਤਲਬ ਜਿਹਦੇ ਵਿੱਚ ਕਰਨਾਟਕਾ ਵਾਲੀ ਡਿਸਟ੍ਰਿਕਟਸ ਸੋਰੀ ਕਰਨਾਟਕਾ ਵਾਲੀ ਸਟੇਟ ਆ ਜਾਂਦੀ ਹੈ ਤੇ ਓਰਿਨਾਲ ਬਾਕੀ ਸਟੇਟਸ ਆ ਜਾਂਦੇ ਸਾਰੀਆਂ ਉਹ ਸਾਰੀਆਂ ਜਗ੍ਹਾ ਤੇ ਇਹ ਚੀਜ਼ਾਂ ਕਾਫੀ ਸਾਰੀਆਂ ਪਾਈਆਂ ਗਈਆਂ ਨੇ ਠੀਕ ਹੈ ਤਾਂ ਇਹ ਜਗ੍ਹਾ ਕਿਹੜੀ ਆ ਜਿੱਥੇ ਪਾਇਆ ਗਿਆ ਓਰੇ ਨਾਮ ਦੀ ਗੱਲ ਕਰੀਏ ਤਾਂ ਕੰਗ ਕਿਆ ਕਾਨਾ ਗੰ ਕਾਨਾ ਗਨਾ ਹਾਲੀ ਕਾਣਾਗਲਾ ਹਾਲੀਏ ਲొਕੇਸ਼ਨ ਹੈ ਇਹ ਲొਕੇਸ਼ਨ ਬਹੁਤ ਹੀ ਕਲੋਜ਼ ਹੈ ਕਿਦੇ ਕਲੋਜ਼ ਹੈ ਇੱਕ ਜਗਾ ਜਿਹੜੀ ਬਹੁਤ ਪਹਿਲਾਂ ਪਾਈ ਜਾਂਦੀ ਸੀ ਉਹ ਮਤਲਬ ਹਜੇ ਵੀ ਹੈ ਉਹਦਾ ਨਾਮ ਕੀ ਸੀ ਸਨਾਤੀ ਐਸ ਐਨ ਏ ਡਬਲ ਟੀ ਆਈ ਇਸ ਸਨਾਤੀ ਤੋਂ ਬਹੁਤ ਹੀ ਨੀਅਰ ਅਬਾਊਟ ਲੈਟਸ ਸੇ ਅਨਿਤਾ ਜੀਰੋਨੀ 3 ਕਿਲੋਮੀਟਰ ਦੇ ਆਸਪਾਸ ਦੇ ਨੇੜੇ ਹੈ ਇਹ ਜਗਾ ਠੀਕ ਹੈ ਸਨਾਤੀ ਵੀ ਹੋ ਜਗਾ ਜਿੱਤੇ ਕਾਫੀ ਸਾਰੀਆਂ ਚੀਜ਼ਾਂ ਪਾਈਆਂ ਗਈਆਂ ਓਕੇ ਕਨਾਟਕਾ ਹੰਪੀ ਬਿਲਕੁਲ ਸਹੀ ਓਕੇ ਤਾ ਬਸ ਇਹਦੇ ਵਿੱਚ ਹੋਰ ਜ਼ਿਆਦਾ ਤਾਂ ਕੁਝ ਹੈ ਨਹੀਂ ਠੀਕ ਹੈ ਮੇਨ ਇਹੀ ਹੈ ਲੋਕੇਸ਼ਨ ਬਾਰੇ ਹੀ ਚੀਜ਼ਾਂ ਪੁੱਛੇ ਜਾਣਗੀਆਂ ਵੀ ਅਸ਼ੋਕਾ ਲੈਵਲ ਤੇ ਜਿਹੜੀ ਬੁੱਧਿਸਤ ਦੀਆਂ ਜਿਹੜੀਆਂ ਨਵੀਂ ਆਰਕੀਓਲੋਜੀਕਲ ਸਾਈਟ ਫਾਈਂਡ ਆਊਟ ਹੋਈ ਹੈ ਉਹ ਫਾਈਂਡ ਆਊਟ ਕਿੱਥੇ ਹੋਈ ਹੈ ਠੀਕ ਹੈ ਇਹ ਦੋਨਾਂ ਜਗ੍ਹਾ ਤੋਂ ਕੁਝ ਵੀ ਆਪਸ਼ਨ ਆ ਸਕਦੀ ਹੈ ਠੀਕ ਹੈ ਲੇਕਿਨ ਜਿਹੜਾ ਛੋਟਾ ਐਗਜ਼ੈਕਟ ਆਨਸਰ ਹੋਊਗਾ ਇਹ ਆਨਸਰ ਹੋਊਗਾ ਲੇਕਿਨ ਜੇ ਅਸ਼ੋਕਾ ਟਾਈਮ ਦੇ ਗੱਲ ਕੀਤੀ ਹੋਗੀ ਤਾਂ ਤੁਹਾਡੇ ਕੋਲ ਆਨਸਰ ਕੀ ਹੋਊਗਾ ਸਨਾਤੀ ਹੋਊਗਾ ਤਾ ਫੇਰ ਆਂਸਰ ਸਨਾਤੀ ਹੋਊਗਾ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਉਰੇ ਤਾਂ ਹੀ ਤੁਹਾਨੂੰ ਪਤਾ ਚੱਲੂਗਾ ਕਿ ਕੁਐਸਚਨ ਦੇ ਵਿੱਚ ਆਂਸਰ ਕਿਹੜਾ ਦੇਣਾ ਠੀਕ ਹੈ ਹੁਣ ਇਸ ਵਕਤ ਦੀ ਗੱਲ ਕਰੀਏ ਕਰੰਟ ਟਾਈਮ ਪੀਰੀਅਡ ਦੇ ਵਿੱਚ ਸਨਾਤੀ ਕਿੱਥੇ ਆ ਆਵਲੀ ਜਗ੍ਹਾ ਤੇ ਸਨਾਤੀ ਹੈ ਠੀਕ ਹੈ ਲੇਕਿਨ ਅਗਰ ਅਸ਼ੋਕਾ ਦੇ ਟਾਈਮ ਪੀਰੀਅਡ ਦੀ ਗੱਲ ਕਰੀਏ ਜਦੋਂ ਅਸ਼ੋਕਾ ਦਾ ਦਾਸ ਸੀਗਾ ਠੀਕ ਹੈ ਉਹਦੇ ਵਿੱਚ ਆਹ ਜਿਹੜੀਆਂ ਜਗ੍ਹਾ ਆਂਦੀਆਂ ਸੀਗੀਆਂ ਸਾਰੀਆਂ ਠੀਕ ਹੈ ਤਾਂ ਸਨਾਤੀ ਆਵਲੀ ਜਗ੍ਹਾ ਓਕੇ ਮਤਲਬ ਇਹਦੇ ਆਸ-ਪਾਸ ਹੀ ਓਨਲੀ ਸਾਈਟ ਹੈ ਜਿੱਥੇ ਆਪਾਂ ਨੂੰ ਹੁਣ ਇਸ ਵਕਤ ਬੁੱਧਿਸ ਦੀਆਂ ਸਕਲਪਚਰ ਮਿਲੇ ਨੇ ਓਕੇ ਹਾਂ ਕਾਂਗਾ ਨਾ ਵੈਲੀ ਸੁਣਾਤੀ ਠੀਕ ਹੈ ਐਸ ਯੂ ਟੀ ਨਹੀਂ ਹੈ ਐਸ ਏ ਐਨ ਏ ਡਬਲ ਟੀ ਆਈ ਹੈ ਕਲੀਅਰ ਓਕੇ ਚਲੋ ਜੀ ਇਹਨਾਂ ਬਾਰੇ ਪਿੱਛੇ ਆਪਾਂ ਨਿਊਜ਼ ਕੀਤੀ ਸੀ ਜਦੋਂ ਆਪਣਾ ਸੈਮੀਫਾਈਨਲ ਹੋਇਆ ਸੀ ਹੁਣ ਫਾਈਨਲ ਹੈ ਫਾਈਨਲ ਵਿੱਚ ਆਪਾਂ ਨੂੰ ਕੀ ਦੱਸਿਆ ਰੈਬਾ ਕਿਨਾ ਬੈਟਲਸ ਬੈਕਸ ਟੂ ਸਟੈਂਸ ਜੁਬੇਰ ਇਨ ਐਂਟਰਟੇਨਿੰਗ ਫਿਨਾਲੇ ਉੰਜੇ 라 ਫਾਈਨਲੇ ਜਿੱਤਿਆ ਕੌਣ ਜਿੱਤਿਆ ਵਿਮਿੰਗਟਨ ਦੇ ਵਿੱਚ ਫਾਈਨਲੇ ਹੋਇਆ ਜਿਦੇ ਵਿੱਚ ਊਮਨਸ ਦਾ ਵੀ ਹੋਇਆ ਮੈਨਸ ਦਾ ਵੀ ਹੋਇਆ ਉੰਜੇ ਊਮਨਸ ਦੀ ਗੱਲ ਕਰੀਏ ਤਾਂ ਊਮਨਸ ਦਾ ਕੌਣ ਜਿੱਤਿਆ ਹੈ ਅਲੈਨਾ ਰੈਬਕੀਨਾ ਅਲੈਨਾ ਰੈਬਕੀਨਾ ኢ ਐਲ ਏ ਐਨ ਏ ਅਲੈਨਾ ਆਰ ਵਾਈ ਬੀ ਏ ਰੈਬਕੀਨਾ ਜੋ ਕਿਸ ਕੰਟਰੀ ਤੋਂ ਬਿਲੋਂਗ ਕਰਦੇ ਨੇ स्टार्टिंग ना जन्म होया सी जे उस टाइम की गल करिए रशिया के लेकिन इस वक्त करंटली गल करिए कजाकिस्तान के कजाकिस्तान ठीक है लेकिन हमेशा थोड़े तो बोन बारे नहीं पूछा जाऊगा लेकिन जब बोन की गल करिए किन की गल करिए रशिया जो करंट गल करनीको ठीक है जे करंट गल करनी है तो अपने को आजगा ਕਜ਼ਾਕਿਸਤਾਨ ਠੀਕ ਹੈ ਕਲੀਅਰ ਲੇਕਿਨ ਜ਼ਿਆਦਾਤਰ ਕਰੰਟਡਾ ਹੀ ਪੁੱਛਣਗੇ ਬਹੁਤ ਕਾ ਚਾਂਸਿਸ ਹੈ ਵੀ ਲਿੰਕ ਬੈਕ ਟੂ ਮਤਲਬ ਰਸ਼ੀਆ ਕਿੱਥਾ ਜਾਊਗਾ ਠੀਕ ਹੈ ਉਹ ਚੀਜ਼ਾਂ ਕਿੱਥੇ ਜਾਣਗੀਆਂ ਓਕੇ 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 ਅਲੀਨਾ ਰੇਬਲਕਿਨਾਏ ਵਿਨਰ ਨੇ ਓਕੇ ਇਹਨਾਂ ਦਾ ਕਰੰਟ ਰੈਂਕ ਦੀ ਗੱਲ ਕਰੀਏ ਵੀ ਕਰੰਟ ਇਹਨਾਂ ਦਾ ਰੈਂਕ ਕੀ ਹੈ ਠੀਕ ਹੈ ਸਿੰਗਲਸ ਦੇ ਵਿੱਚ ਊਮਨਸ ਦੇ ਵਿੱਚ ਇਹਨਾਂ ਦਾ ਕਰੰਟ ਰੈਂਕ ਕਿੰਨਾ ਹੈ ਤਾਂ ਉਹਦੇ ਵਿੱਚ ਆ ਜਾਊਗਾ ਇਹ ਨੰਬਰ 2 ਤੇ ਨੇ ਤਾਂ ਹੈ ਨੰਬਰ 2 ਤੇ ਨੇ ਕਰੰਟ ਰੈਂਕ ਇਸ ਵਕਤ ਦੀ ਰੈਂਕਿੰਗ ਦੀ ਗੱਲ ਹੋ ਰਹੀ ਹੈ ਅ ਨਹੀਂ ਨਹੀਂ 2 ਤੇ ਇਹ ਨਹੀਂ ਹੈਗੇ 2 ਤੇ ਦਾ ਇਹ ਹੈ ਅ ਇਸ ਵਕਤ ਸੋਰੀ ਇਹ ਮਿਸਟੇਕ ਹੋਈ ਹੈ 2 ਤੇ ਓਨਸ ਜੁਬੇਰ ਹੈ ਤਾਂ ਇਹਦੀ ਗੱਲ ਕਰੀਏ ਇਹ ਕਿੰਨਾ ਸੀ 23 23 ਕਰੰਟ ਕਰੰਟ ਹਾਂ ਕਰੰਟ ਹੈ 23 ਰੈਂਕ ਤੇ ਕਰੰਟ ਰੈਂਕ ਦੀ ਗੱਲ ਕਰੀਏ ਤਾਂ ਕਰੰਟ ਰੈਂਕ ਕਿੰਨਾ ਹੈ 23 ਰੈਂਕ ਹੈ ਠੀਕ ਹੈ ਓਕੇ ਇਹ ਅਲੀਨਾ ਰੱਬੋ ਕਿੰਨਾ ਜੋ ਕਹਿੰਦੇ ਨੇ ਵਿਨਰ ਨੇ जो विनर से हूँ जो रनरअप रहे ने फस्ट रनरअप मतलब ओनस जबेर ओनस जबेर इन्ह की गल करिए कितों ने इन्हों की मतलब जी नैशनैलिटी है कितों की है ये पिछली बार भी गल की बारे फस्ट ग्रैंड स्लैन आ गया इसका हाँ जी ठीक है इन्होंए तो कितों ने लास्ट टाइम भी गल कीट्री कंट्री इन सी कंट्री की गल करिए ਤੁਨੀ ਸਿਆ ਕੰਟਰੀ ਕਿਹੜੀ ਹੈ ਦੀ ਇਹਨਾਂ ਦੀ ਤੁਨੀਸੀਆ ਉਹ ਕੰਟਰੀ ਤੋਂ ਰਿਪਰੈਜ਼ੈਂਟ ਕਰਦੇ ਨੇ ਪਹਿਲੀ ਵਾਲੀ ਕਜ਼ਾਕਿਸਤਾਨ ਦੀ ਕੁੜੀ ਨੇ ਜਿੱਤੇ ਹਾਂਜੀ ਪਹਿਲੀ ਵਾਰ ਹੀ ਕਜ਼ਾਕਿਸਤਾਨ ਦੀ ਕੁੜੀ ਨੇ ਜਿੱਤੇ ਹੈ ਉਸ ਤੋਂ ਸਿਵਾ ਇਹ ਵੀ ਥੋੜੀ ਸਹੀ ਹੈ ਲੇਕਿਨ ਦੂਜੀ ਗੱਲ ਪਹਿਲੀ ਵਾਰ ਹੀ ਜਿਹੜੀ ਓਨੈਸਟ ਜੁਬੇਰਾ ਜੋ ਕੀ ਹੈ ਆ ਜੋ ਕੀ ਸੀ ਆ ਏਫਰੀਕਨ ਐਂਡ ਅਰਬ ਏਫਰੀਕਨ ਐਂਡ ਅਰਬ ਆ ਉਹ ਵੀ ਫਸਟ ਟਾਈਮ ਪਹੁੰਚੇ ਨੇ ਇੱਕ ਹੀ ਨੇ ਅਫਰੀਕਨ ਫਸਟ ਅਫਰੀਕਨ ਤੇ ਫਸਟ ਅਰਬ ਵੀ ਫਸਟ ਟਾਈਮ ਹੀ ਫਾਈਨਲ ਦੇ ਵਿੱਚ ਪਹੁੰਚੇ ਨੇ ਠੀਕ ਹੈ ਇਹਨਾਂ ਦਾ ਕੀ ਆਜੂਗਾ ਫਾਈਨਲ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਕੀ ਆਜੂਗਾ ਵੀ ਇਹ ਫਸਟ ਟਾਈਮ winner ਬਣੇ ਨੇ ਠੀਕ ਹੈ ਓਕੇ ਓਕੇ ਅ ਫਰਦਰ ਕੰਟਰੀ ਕਿਹੜੀ ਹੋਗੀ ਟੁਨੀਸੀਆ ਤੇ 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 ਰੈਂਕ ਦੀ ਗੱਲ ਕਰੀਏ ਕਰੰਟ ਰੈਂਕਿੰਗ ਮਤਲਬ ਇਸ ਵਕਤ ਇਹਨਾਂ ਦਾ ਕਿੰਨਾ ਰੈਂਕ ਹੈ ਇਸ ਵਕਤ ਇਹ ਨੰਬਰ 2 ਤੇ ਨੇ ਇਸ ਵਕਤ ਕਿਥੇ ਨੇ ਨੰਬਰ 2 ਤੇ ਨੇ ਉਹ ਯਾਰ ਫੋਟੋਆਂ ਵੀ ਲੈ ਕੇ ਆ ਸੀ ਮੈਂ ਠੀਕ ਹੈ ਇੱਕ ਉਹਨੇ ਆਪਣੇ ਵੀਨਰ ਅਲੇਨਾ ਰਾਬਕੀਨਾ ਤੇ ਨੈਕਸਟ ਓਨਰਸ ਓਨਸ ਜਬੀਰ ਓਨਸ ਜਬੀਰ ਕਲੀਅਰ ਫਰਦਰ 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 ਬਸ ਇਹਦੇ ਵਿੱਚ ਹੋਰ ਕੁਝ ਨਹੀਂ ਉਹ ਸਟਾਰਟਿੰਗ ਦੇ ਵਿੱਚ ਲਿਖਿਆ ਹੀ ਹੋਇਆ ਦੀ ਮੋਸਕਾ ਬੋਨ ਪਲੇਅਰ ਬਿਕਮ தி ਫਰਸਟ ਫਰੋਮ ਕਜ਼ਾਕਿਸਤਾਨ ਟੂ ਵਿਨ ਗ੍ਰੈਂਡ ਸਲੇਮ ਇਨ ਸਿੰਗਲਸ ਔਮਨ ਟਾਈਟਲ ਓਕੇ ਕਲੀਅਰ ਨੈਕਸਟ ਹੁਣ ਔਮਨ ਦੇ ਨਾਲ ਨਾਲ ਮੈਨ ਦਾ ਵੀ ਹੋਇਆ ਉਹਨਾਂ ਦੇ ਨਾਲ ਨਾਲ ਮੈਂ ਦਾ ਵੀ ਵਿਮਿੰਗਟਨ ਦੇ ਵਿੱਚ ਫਾਈਨਲ ਹੋਇਆ ਤਾਂ ਉਹਦੀ ਗੱਲ ਕਰੀਏ ਤਾਂ ਆਪਣੇ ਕੁ ਕੀ ਹੈ ਅ ਨੈਵਲ ਜੋਕੋਵਿਚ ਵੀ ਸਟੋਕਰ ਵੈਸੇ ਇਹਨਾਂ ਨੇ ਵਰਡ ਤਾਂ ਕੁਝ ਹੋਰ ਲਿਖਿਆ ਇਹਨਾਂ ਦਾ ਕਹਿੰਦੇ ਬਸ ਉਹ ਟੋਕਰ ਨਹੀਂ ਹੈ ਇਹਨਾਂ ਦਾ ਠੀਕ ਹੈ ਪਹਿਲੀ ਗੱਲ ਟੋਕਰ ਦਾ ਮਤਲਬ ਇਹਨਾਂ ਨੇ ਕਿਉਂ ਲਿਖਿਆ ਕਿਉਂਕਿ ਉਹ ਕਾਫੀ ਜ਼ਿਆਦਾ ਬੋਲਦੇ ਸੀ ਬਿਲਕੁਲ ਸਹੀ ਭਗਵੰਤ ਬਿਲਕੁਲ ਸਹੀ ਠੀਕ ਹੈ ਜ਼ਿਆਦਾ ਟਾਕਟਿਵ ਨੇ ਇਹ ਪਰਸਨ ਠੀਕ ਹੈ ਇਸ ਕਰਕੇ ਉਰੇ ਐਦਾਂ ਲਿਖਿਆ ਹੋਇਆ న్యూਸ ਦੇ ਵਿੱਚ ਓਕੇ ਹੁਣ ਫਰਦਰ ਇਸ ਚੀਜ਼ ਬਾਰੇ ਆ ਜਾਈ ਹੁਣ ਜੋਕੋਵਿਕ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਜੇ ਨੋਵਾ ਨੋਵੋਕ ਜੋਕੋਵਿਕ ਨੋਵੋਕ ਜੋਕੋਵਿਕ ਜੇ ਇਹਨਾਂ ਦੀ ਗੱਲ ਕਰੀਏ ਤਾਂ ਕਿਸ ਕੰਟਰੀ ਤੋਂ ਨੇ ਜਿਹੜਾ ਤੁਸੀਂ ਪਹਿਲਾਂ ਦੱਸਿਆ ਮੈਨੂੰ ਸਟੂਡੈਂਟ ਨੇ ਆਨਸਰ ਹੀ ਕਰਤੀ ਆ ਪਹਿਲਾਂ ਹੀ ਕਰਤਾ ਇਹ ਸੀ ਸਰਬੀਆ ਸਰਬੀਆ ਕੰਟਰੀ ਤੋਂ ਨੇ ਠੀਕ ਹੈ ਕਰੰਟ ਰੈਂਕ ਦੀ ਗੱਲ ਕਰੀਏ ਇਸ ਵਕਤ ਕਿੰਨੀ ਰੈਂਕ ਤੇ ਨੇ ਇਹ ਅ ਜੋਕੋਵਿਕ ਇਸ ਵਕਤ ਰੈਂਕ ਨੰਬਰ 7 ਤੇ ਨੇ ਲੇਕਿਨ ਇਹ ਰੈਂਕ ਨੰਬਰ 1 ਤੇ ਵੀ ਰਹਿ ਚੁੱਕੇ ਨੇ ਅ 2017 ਦੇ ਅਰਾਊਂਡ ਆਸ-ਪਾਸ ਉਹ ਇਹ ਇੱਕ ਨੰਬਰ ਰੈਂਕ ਤੇ ਵੀ ਸੀ ਮਤਲਬ ਫਰਸਟ ਰੈਂਕ ਸੀਗਾ ਓਕੇ 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 ਹੁਣ ਜਿਹੜੀ ਗੱਲ ਕਰੀਏ ਜਦੋਂ ਆਪ ਜਿਹੜੇ ਫਰਸਟ ਰਨਰ ਨੇ ਉਹਨਾਂ ਦਾ ਨਾਮ ਕੀ ਹੈ ਨਿਕ ਉਹਨੇ ਲਿਖਿਆ ਹੀ ਹੋਗਾ ਵੈਸੇ ਉਹਨਾਂ ਦਾ ਨਾਮ ਹੈ ਨਿਕ ਕ੍ਰਿਗੋਸ ਨਿਕ੍ਰਿਗੋਸ ਉਹਨਾਂ ਦਾ ਮੈਂ ਨਿਕ੍ਰਿਗੋਸ ਸਪੈਲਿੰਗ ਸਹੀ ਹੈ ਨਾ ਕੇ ਆਰ ਵਾਈ ਜੀ ਆਈਓਐਸ ਜੀ ਆਈਓਐਸ ਜੀ ਆਈਓਐਸ ਹਾਂਜੀ ਨਿਕ੍ਰਿਗੋਸ ਠੀਕ ਹੈ ਓਕੇ ਹੁਣ ਇਹ ਕਿਹੜੀ ਕੰਟਰੀ ਦਾ ਬਿਲੋਂਗ ਕਰਦੇ ਨੇ ਇਹ ਆਸਟ੍ਰੇਲੀਆ ਤੋਂ ਬਿਲੋਂਗ ਕਰਦੇ ਨੇ ਇਹ ਆਸਟ੍ਰੇਲੀਆ ਤੋਂ ਬਿਲੋਂਗ ਕਰਦੇ ਨੇ ਇਹਨਾਂ ਦਾ ਰੈਂਕ ਦੀ ਗੱਲ ਕਰੀਏ ਤਾਂ ਇਹਨਾਂ ਦਾ ਕਰੰਟ ਰੈਂਕ ਕਿੰਨਾ ਹੈ ਇਹਨਾਂ ਦਾ ਕਰੰਟ ਰੈਂਕ ਹੈ ਉਹ ਇਹਨਾਂ ਰੈਂਕ ਤਾਂ ਕਾਫੀ ਪਿੱਛੇ ਸੀ ਨਾ ਅਰਾਊਂਡ 40 ਇਹਨਾਂ ਦਾ ਕਰੰਟ ਰੈਂਕ ਹੈ 45 ईश्वर किन्ने में ना फोर्टी फाइव लेकिन फिर भी कैरियोगोस आर यू श्योर स्पेलिंग के ओके okay, ठीक है स्पेलिंग की थोड़ी मिस्टेक हुई है मेरे को आजूगा के वाई आर जी आई ओ एस ठीक है ओके okay? ओके okay. ਰਸ਼ੀਆ ਤੋਂ ਨੇ ਸੋਰੀ ਸਰਬੀਆ ਆਸਟ੍ਰੇਲੀਆ ਰੈਂਕ 45 ਰੈਕ 7 ਠੀਕ ਹੈ ਓਕੇ ਹਾਂ ਹੁਣ ਨਵਾਕ ਜੋਕੋਵਿਕ ਜੀ ਗੱਲ ਕਰੀਏ ਤਾਂ ਇਹ ਸਿਰਫ ਬਹੁਤ ਕੁਝ ਜਿੱਤ ਚੁੱਕੇ ਨੇ ਠੀਕ ਹੈ ਸਿਰਫ ਇਹ ਨਹੀਂ ਆ ਵੀ ਇਹ ਇਹਨਾਂ ਦਾ ਫਸਟ ਗ੍ਰੈਂਡ ਸਲੇਮ ਹੈ ਤਾਂ ਦੇਖੋ ਕਿੰਨਾ ਕੁ ਜਿੱਤ ਚੁੱਕੇ ਨੇ ਠੀਕ ਹੈ ਆਸਟ੍ਰੇਲੀਆ ਓਪਨ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਓਪਨ ਕਿੰਨੀ ਵਾਰ ਜਿੱਤਿਆ ਹੋਇਆ 1 2 3 4 5 6 7 8 9 ਵਾਰ ਹੀ ਆਸਟ੍ਰੇਲੀਆ ਓਪਨ ਹੀ ਜਿੱਤਿਆ ਹੋਇਆ ਠੀਕ ਹੈ ਫ੍ਰੈਂਚ ਓਪਨ ਦੀ ਗੱਲ ਕਰੀਏ ਤਾਂ 2 ਵਾਰ ਜਿੱਤਿਆ ਹੋਇਆ ਠੀਕ ਹੈ ਵਿਮਿੰਗਟਨ ਦੀ ਗੱਲ ਕਰੀਏ 1 2 3 4 5 6 7 8 ਵਾਰ ਜਿੱਤਿਆ ਯੂਐਸ ਓਪਨ ਦੀ ਗੱਲ ਕਰੀਏ ਤਾਂ 4 ਵਾਰ ਜਿੱਤਿਆ ਹੋਇਆ ਲੇਕਿਨ ਇੱਕ ਗੱਲ ਜਿਹੜੀ ਧਿਆਨ ਰੱਖਣ ਵਾਲੀ ਹੈ ਜਿਹੜੇ ਨੋਵਾਕ ਜੋਕੋਵਿਚ ਨੇ ਉਹ ਲਗਾਤਾਰ ਕਨਸੈਕੂਏਟਿਵ ਫੋਰਥ ਵੀਨ ਲਗਾਤਾਰ 4 ਵਾਰ ਜਿੱਤੇ ਹੋਏ ਨੇ 18 सैवन टाइम विमिंगटन विनर बिल्कुल सही सत्त बार जित जित चुके हैं लेकिन चार बार लगातार चुते जितते अठारह उन्नीस भी बाई दो हज़ार इक्की नया नहीं हो ड्यू टू कोविड क्लियर है आ, हाँ जी ओके फर्दर हो गया कुछ नहीं चलो जी डेट सॉल्व फॉर टुडे अठारह उन्नीस इक्की बई सर दो हजार भी नहीं होया हाँ जी दो हजार भी नहीं होया ओके चलो जी दैट्स ऑल फॉर टूडे हाँ जो थोड़ा मेन काम है वो करना ना भूल्यो लाइक करना कमेंट करना शेयर करना ठीक है चैनल नो तो में सबसक्राइब भी जरूर करना यही थोड़ा सब तो ज़्यादा मेन काम है पढ़न तो सिवा ठीक है चलो ओके बाय बाय टेक केयर यू कल मिले जय हिंद